ਤੂੰ ਕੁਝ ਕਰਦੇ ਆਪੇ ਕਰਦੇ ਸਭ ਦੀ ਖਾਲੀ ਝੋਲੀ ਭਰਦੇ ਮਨ ਮੈਲੇ ਨੂੰ ਧੋਇਆ ਸ਼ਫੀ ਰੰਗੀਲਾ ਉਹਦਾ ਹੋਇਆ ਐਸਾ ਮਨ ਮੈਂ ਨੂੰ ਧੋਇਆ ਦੁਰਗਾ ਰੰਗੀਲਾ ਉਹਦਾ ਹੋਇਆ ਸ਼ਮੀ ਰੰਗੀਲਾ ਉਹਦਾ ਹੋਇਆ ਸਰਪੰਚ ਰੰਗੀਲਾ ਉਹਦਾ ਹੋਇਆ ਅੱਜ ਮੈਂ ਉਹਦਾ ਦਿੱਤਾ ਖਾਂਦਾ ਇਹਨਾਂ ਨਾਥਾਂ ਦਾ ਦਿੱਤਾ ਖਾਂਦਾ ਉਹ ਸੱਚੇ ਰੱਬ ਦਾ ਦਿੱਤਾ ਖਾਂਦਾ ਰਹਿਮਤ ਮੌਲਾ ਦੀ ਸਾਈਂ ਬਾਬਾ ਬੁੱਢਣ ਸ਼ਾਹ ਜਿਨ੍ਹਾਂ ਦੀ 802 ਸਾਲ 13 ਦਿਨ ਦੀ ਉਮਰ ਹੋਈ ਹੈ ਸਿਆਣੇ ਸੂਝਵਾਨ ਸਾਡੇ ਵੱਡੇ ਬੈਠੇ ਨੇ ਮੈਂ ਜੋ ਵੀ ਗੱਲ ਕਰਾਂਗਾ ਇਤਿਹਾਸਕ ਸੋਚ ਸਮਝ ਕੇ
ਸਾਈਂ ਬਾਬਾ ਬੁੱਢਣ ਸ਼ਾਹ ਜਿਨ੍ਹਾਂ ਦੀ 800 2 ਸਾਲ 13 ਦਿਨ ਦੀ ਉਮਰ ਹੋਈ ਜਿਹਦੇ ਵਿੱਚੋਂ 775 ਸਾਲ ਉਹਨਾਂ ਨੇ ਬੰਦਗੀ ਕੀਤੀ ਬਹੁਤ ਵੱਡਾ ਪੀਰੀਅਡ ਹੁੰਦਾ ਹੈ 775 ਸਾਲ ਇੱਕ ਦਿਨ ਕੀਰਤਪੁਰ ਸਾਹਿਬ ਦੀਆਂ ਸੋਹਣੀਆਂ ਪਹਾੜੀਆਂ ਤੇ ਬੈਠੇ ਸਾਈਂ ਬਾਬਾ ਬੁੱਢਣ ਸ਼ਾਹ ਇਬਾਦਤ ਕਰਦੇ ਸੀ ਅੱਧੀ ਰਾਤ ਦਾ ਵੇਲਾ ਇਬਾਦਤ ਕਰਦੇ ਕਰਦੇ ਸੋਚ ਦਿਮਾਗ ਬ੍ਰੇਨ ਉੱਥੇ ਚਲੇ ਗਿਆ ਵੀ ਜੇ ਕਿਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਦੀਦਾਰ ਹੋ ਜਾਣ ਅਜੇ ਇੰਨੀ ਗੱਲ ਸੋਚੀ ਸੀ 2 ਮਿੰਟ ਬਾਅਦ ਜਦੋਂ ਅੱਖਾਂ ਖੋਲ ਕੇ ਵੇਖਿਆ ਸਾਈਂ ਜੀ ਨੇ ਸਾਹਮਣੇ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਬਾਲਾ ਮਰਦਾਨਾ ਖੜੇ ਹੋਏ ਸੀ ਪਗ ਜਨੋ ਮੇਰੀ ਉਹ ਭੈਣੋ ਅੱਧੀ ਰਾਤ ਦਾ ਵੇਲਾ ਕੈਸਾ ਹੋਏਗਾ ਵਕਤ ਜਦੋਂ ਪਹਿਲੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਬਾਲਾ ਮਰਦਾਨਾ ਸਾਈਂ ਬੁੱਢਣ ਸ਼ਾਹ ਦਾ ਮਿਲਾਪ ਹੋਇਆ ਉਦੋਂ ਕੈਸਾ ਵਕਤ ਹੋਏਗਾ ਸਮਾਂ ਖਲੋ ਗਿਆ ਹੋਏਗਾ ਹਵਾ ਵੀ ਸ਼ਾਂਤ ਹੋ ਗਈ ਹੋਣੀ ਹੈ ਚੰਨ ਤਾਰੇ ਦੀਦਾਰ ਕਰਦੇ ਹੋਣੇ ਆ ਉਹਨਾਂ ਮਹਾਨ ਫਕੀਰਾਂ ਦਾ ਸਾਈਂ ਬਾਬਾ ਬੁੱਢਣ ਸ਼ਾਹ ਨੇ ਪੁੱਛਿਆ ਸਤਿਗੁਰੂ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਅੱਧੀ ਰਾਤ ਦਾ ਵੇਲਾ ਜੋ ਤੁਹਾਨੂੰ ਚੰਗਾ ਲੱਗਦਾ ਹੈ ਸਾਈਂ ਬਾਬਾ ਬੁੱਢਣ ਸ਼ਾਹ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ ਤੇ ਬੱਕਰੀਆਂ ਨੂੰ ਚਾਰਿਆ ਕੌਣ ਕਰਦਾ ਸੀ ਸ਼ੇਰ ਚਾਰਿਆ ਇੱਕ ਕਟੋਰਾ ਚੁੱਕਿਆ ਬੱਕਰੀਆਂ ਦੇ ਕੋਲ ਚਲੇ ਗਏ ਜਾ ਕੇ ਪਿੱਠ ਤੇ ਹੱਥ ਫੇਰਿਆ ਦੁੱਧ ਚੋਇਆ ਕਟੋਰਾ ਭਰ ਗਿਆ ਸਾਈਂ ਬਾਬਾ ਬੁੱਢਣ ਸ਼ਾਹ ਨੇ ਦੁੱਧ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਖਿਦਮਤ 'ਚ ਪੇਸ਼ ਕੀਤਾ ਲਓ ਸਤਿਗੁਰੂ ਦੁੱਧ ਛਕੋ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਤੁਹਾਡੀ ਸੇਵਾ ਸਿਰ ਮੱਥੇ ਇਹ ਦੁੱਧ ਮੇਰੇ ਸਾਥੀ ਬਾਲਾ ਮਰਦਾਨਾ ਪੀਣਗੇ ਜੋ ਮੇਰੇ ਹਿੱਸੇ ਦਾ ਦੁੱਧ ਹੈ ਉਹਨੂੰ ਸਾਂਭ ਕੇ ਰੱਖ ਲਿਓ ਅਸੀਂ ਦੁੱਧ 6ਵੇਂ ਜਾਮੇ ਵਿੱਚ ਆ ਕੇ ਪੀਵਾਂਗੇ ਪਰ ਸਾਈਂ ਬਾਬਾ ਬੁੱਢਣ ਸ਼ਾਹ ਨੇ ਇੱਕ ਗੱਲ ਆਖੀ ਕਿ ਦਾਤਾ ਜੀ ਤੁਸੀਂ ਮੇਰੀ ਬਹੁਤ ਵੱਡੀ ਅਤੇ ਲੰਬੀ ਡਿਊਟੀ ਲਾ ਦਿੱਤੀ 6ਵੇਂ ਜਾਮੇ 'ਚ ਤੁਸੀਂ ਪਤਾ ਨਹੀਂ ਕਦੋਂ ਆਉਣਾ ਮੈਂ ਉਹਨਾਂ ਚਿਰ ਦੁੱਧ ਦੀ ਰਾਖੀ ਕਿਵੇਂ ਕਰੂੰਗਾ ਸਤਿਗੁਰੂ ਮੈਂ ਉਹਨਾਂ ਚਿਰ ਜਿਉਂਦਾ ਰਹਾਂਗਾ ਜਾਂ ਨਾ ਸਲਾਮ ਹੈ ਬਾਬਾ ਜੀ ਇੱਕ ਵਾਰੀ ਬਾਬਾ ਜੀ ਦੇ ਨਾਮ 'ਤੇ ਤਾੜੀ ਬਹੁਤ ਥੈਂਕ ਯੂ ਇਹ ਸੰਗਤਾਂ ਦੀ ਫਕੀਰਾਂ ਦੀ ਮਹਿਫਲ ਹੈ ਮੈਂ ਉਹਨਾਂ ਚਿਰ ਦੁੱਧ ਜਿਉਂਦਾ ਰਹਾਂਗਾ ਜਾਂ ਨਾ ਪਰ ਸਤਿਗੁਰੂ ਇੰਨੀ ਗੱਲ ਕਹਿ ਕੇ ਅੱਗੇ ਚਲੇ ਗਏ ਸਾਈਂ ਬਾਬਾ ਬੁੱਢਣ ਸ਼ਾਹ ਨੇ ਧਰਤੀ ਦੇ ਵਿੱਚ ਕਟੋਆ ਪੁੱਟਿਆ ਉਹ ਦੁੱਧ ਦਾ ਕਟੋਰਾ ਚੁੱਕਿਆ ਉਹ ਟੋਏ ਦੇ ਵਿੱਚ ਰੱਖ ਕੇ ਉੱਪਰੋਂ ਟੱਕ ਦਿੱਤਾ ਧਰਤੀ ਮਾਂ ਨੂੰ ਆਖ ਦਿੱਤਾ ਮਾਂ ਇਹ ਮੇਰੇ ਪਾਤਸ਼ਾਹ ਦੀ ਮੇਰੇ ਸਤਿਗੁਰੂ ਦੀ ਇਮਾਨਤ ਹੈ ਤੇਰੇ ਸੁਪਰਦ ਹੈ ਆਪ ਉੱਥੇ ਹੀ ਬੰਦਗੀ ਕਰਨ ਲੱਗ ਪਏ ਜਦੋਂ 6ਵੇਂ ਸਤਿਗੁਰੂ ਆਏ 6ਵੀਂ ਜੋਤ ਆਏ ਉਹਨਾਂ ਨੇ ਵੀ ਆ ਕੇ ਆਪਣੇ ਸੁਪੁੱਤਰ ਧੰਨ ਧੰਨ ਬਾਬਾ ਕਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਉਹਨਾਂ ਦੀ ਡਿਊਟੀ ਲਾਈ ਬਾਬਾ ਜੀ ਜਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਾਈਂ ਬੁੱਢਣ ਸ਼ਾਹ ਇਬਾਦਤ ਕਰਦੇ ਆ ਬੈਠੇ ਉਹਨਾਂ ਦੇ ਕੋਲ ਸਾਡੀ ਇਮਾਨਤ ਦੁੱਧ ਸਾਂਭ ਕੇ ਰੱਖਿਆ ਵਾ ਜਾ ਕੇ ਛਕੋ ਉਹਨਾਂ ਦੀ ਮੁਰਾਦ ਪੂਰੀ ਬਾਬਾ ਗੁਰਦਿੱਤਾ ਜੀ ਉੱਥੇ ਆਏ ਆ ਕੇ ਦੁਆ ਸਲਾਮ ਕੀਤਾ ਦੁੱਧ ਮੰਗਿਆ ਕਹਿੰਦੇ ਸਾਈਂ ਜੀ ਤੁਹਾਡੇ ਕੋਲ ਸਾਡੀ ਇਮਾਨਤ ਦੁੱਧ ਹੈ ਉਹ ਛਕਾ ਦਿਓ ਸਾਈਂ ਜੀ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਕਹਿੰਦੇ ਪਹਿਚਾਣਿਆ ਨਹੀਂ ਤੁਹਾਡੇ ਨਾਲ ਵਾਅਦਾ ਹੋਇਆ ਸੀ ਵੀ 6ਵੇਂ ਜਾਮੇ ਵਿੱਚ ਆ ਕੇ ਦੁੱਧ ਛਕਾਂਗੇ ਅਸੀਂ ਆ ਗਏ ਦੁੱਧ ਛਕਾ ਦਿਓ ਸਾਈਂ ਬਾਬਾ ਬੁੱਢਣ ਸ਼ਾਹ ਕਹਿਣ ਲੱਗੇ ਬਾਬਾ ਜੀ ਜੇ ਦੁੱਧ ਛਕਣਾ ਹੈ ਨਾ ਫਿਰ ਇੱਕ ਵਾਰੀ ਉਹੀ ਰੂਪ ਵਿਖਾਓ ਪਹਿਲੇ ਵਾਲਾ ਦੁੱਧ ਕੈਸਾ ਸਵਾਲ ਸੀ ਇਹ
ਸਤਿਗੁਰੂ ਨੇ ਜਦੋਂ ਉਹ ਹੀ ਰੂਪ ਖਾਇਆ ਸਾਈਂ ਜੀ ਨਿਹਾਲ ਹੋ ਗਏ ਭਗਤ ਜਨੋ ਉਸੇ ਜਗ੍ਹਾ ਚਲੇ ਗਏ ਜਿੱਥੇ ਦੁੱਧ ਰੱਖਿਆ ਸੀ ਉਹ ਜਗ੍ਹਾ ਪੁੱਟੀ ਦੁੱਧ ਕੱਢਿਆ ਕਿੰਨੇ ਚਿਰਾਂ ਬਾਅਦ 121 ਸਾਲ ਬਾਅਦ ਅੱਜ ਕੱਲ੍ਹ ਸਾਡੀਆਂ ਭੈਣਾਂ ਪਿੱਛੇ ਹੁਣ ਗਰਮੀ ਦਾ ਸਮਾਂ ਲੰਘ ਕੇ ਹਟਿਆ ਦੁੱਧ ਨੂੰ ਉਬਾਲੀ ਦੇ ਕੇ ਫਰਿੱਜ ਵਿੱਚ ਰੱਖ ਦਿੰਦੀਆਂ ਉਹ 5-10 ਘੰਟੇ ਬਾਅਦ ਖਰਾਬ ਹੋ ਜਾਂਦਾ ਉਹ ਛੱਕਣ ਦੇ ਕਾਬਲ ਨਹੀਂ ਰਹਿੰਦਾ ਪਰ ਧੰਨ ਬਾਬਾ ਬੁੱਢਣ ਸ਼ਾਹ ਧੰਨ ਉਹਨਾਂ ਦੀ ਬੰਦਗੀ ਸਰਕਾਰ ਨੇ 121 ਸਾਲ ਬਾਅਦ ਦੁੱਧ ਜਦੋਂ ਕੱਢਿਆ ਦੁੱਧ ਉਦਾਂ ਦਾ ਹੀ ਨਿਕਲਿਆ ਜਿਵੇਂ ਦਾ ਰੱਖਿਆ ਸੀ ਦਾਦਾ ਕਹਿੰਦੇ ਤਾਜਦਾਰਾਂ ਦੇ ਨਾ ਅਮੀਰਾਂ ਦੇ ਓਏ ਦੀਵੇ ਵਲਦੇ ਸਦਾ ਫਕੀਰਾਂ ਦੇ ਮੌਜ ਮੇ ਜਬ ਆ ਗਏ ਜਿਵੇਂ ਬਾਬਾ ਸ਼ੇਰ ਨਾਥ ਜੀ ਸੰਤ ਹੋਏ ਨੇ ਸਾਰੇ ਸੰਤਾਂ ਦਾ ਇਹ ਪੰਡਾਲ ਹੈ ਜੇ ਆਪਣੀ ਮੌਜ ਵਿੱਚ ਆ ਜਾਣ ਕਹਿੰਦੇ ਨੇ ਮੌਜ ਮੇ ਜਬ ਆ ਗਏ ਕਤਰੇ ਸੇ ਦਰਿਆ ਕਰ ਦਿਆ ਪੜ ਗਈ ਜਿਸ ਪੇ ਨਜ਼ਰ ਬੰਦੇ ਸੇ ਮੌਲਾ ਕਰ ਜੇ ਆਪਣੀ ਆਈ ਤੇ ਆ ਜਾਣ ਤਾਂ ਚੱਲਦੇ ਦਰਿਆ ਖੜਾ ਦੇਣ ਜੇ ਆਪਣੀ ਆਈ ਤੇ ਆ ਜਾਣ ਤਾਂ ਚੱਲਦੀਆਂ ਹਵਾਵਾਂ ਨੂੰ ਰੋਕ ਦੇਣ ਸਾਈਂ ਬਾਬਾ ਬੁੱਢਣ ਸ਼ਾਹ ਨੇ 802 ਸਾਲ ਦੀ ਲੰਮੀ ਉਮਰ ਭੋਗ ਕੇ ਉੱਥੇ ਜੋਤੀ ਜੋ ਸਮਾਏ ਬਾ ਕਮਾਲ ਦਰਬਾਰ ਬਣਿਆ ਲਓ ਉਹ ਕਵਾਲੀ ਜਿਹਨੂੰ ਤੁਸੀਂ ਬੜੀਆਂ ਸ਼ਿਖਰਾਂ ਤੇ ਪਹੁੰਚਾਇਆ ਜੇ ਮੈਂ ਦੱਸਣ ਲੱਗ ਜਾਊਂਗਾ ਤਾਂ ਤੁਸੀਂ ਹੈਰਾਨ ਪਰ ਤੁਹਾਨੂੰ ਸਭ ਨੂੰ ਪਤਾ ਵੀ ਉਹਦੇ ਵਿਊ ਕਿੰਨੇ ਨੇ ਅੱਜ ਕੱਲ੍ਹ ਜੇ ਕਿਸੇ ਮੇਰੇ ਕਲਾਕਾਰ ਦਾ ਭਰਾ ਦਾ ਗਾਣਾ ਹਿੱਟ ਹੋ ਜਾਵੇ ਨਾ ਸਾਰੇ ਵੀਰ ਜਿਹੜੇ ਖੜੇ ਆ ਧਿਆਨ ਦਿਓ ਤੁਸੀਂ ਵੀ ਜੇ ਕਿਸੇ ਦੇ 1,00,000, 2,00,000, 3,00,000 ਵਿਊ ਹੋ ਜਾਣ ਜਾਂ ਕਰੋੜ ਹੋ ਜਾਣ ਉਹ ਕਲਾਕਾਰ ਕਹਿੰਦਾ ਮੇਰਾ ਗਾਣਾ ਹਿੱਟ ਹੋ ਗਿਆ ਔਰ ਮੈਨੂੰ ਬਹੁਤ ਖੁਸ਼ੀ ਹੈ 1 ਨੰਬਰ ਦੇ ਮੇਰੇ ਕਰੋੜ ਵਿਊ ਹੋ ਗਏ ਪਰ ਤੁਹਾਡੇ ਵੀਰ ਦੀ ਇਸ ਕਵਾਲੀ ਦੇ ਵਿਊ ਪਤਾ ਕਿੰਨੇ ਆ ਤੁਹਾਡੇ ਕੋਲ ਵੱਡੇ ਵੱਡੇ ਫੋਨ ਰੱਖੇ ਹੋਏ ਆ ਉਹ ਖੋਲ੍ਹ ਕੇ ਵੇਖੋ ਸਾਈਡ 12 ਕਰੋੜ ਪਲੱਸ ਹੈ ਨੋ ਫੇਕ ਮੇਰੇ ਸਾਈਂ ਦੀਆਂ ਬੱਕਰੀਆਂ ਸ਼ੇਰ ਚਾਰਦਾ ਇੱਕ ਵਾਰ ਸਾਈਂ ਦਾ ਬਣ ਤੇ ਸਹੀ 14 ਕਰੋੜ 15 ਕਰੋੜ ਕਿਸੇ ਕਿਸੇ ਆਈਡੀ ਤੇ ਪਾਏ ਹੋਏ ਆ ਕਵਾਲੀਆਂ ਬਾ ਕਮਾਲ ਤੁਹਾਡਾ ਆਸ਼ੀਰਵਾਦ ਹੈ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਦੇ ਕਿਆ ਲਾਗੇ ਮੇਰਾ ਇਹ ਸੰਗਤ ਦਾ ਮਾਣ ਹੈ ਸੰਗਤ ਦਾ ਸਨਮਾਨ ਹੈ ਤੁਸੀਂ ਮਾਣ ਬਖਸ਼ ਦਿਓ ਮਿਹਰਬਾਨੀ ਮੈਂ ਗਵਈਆ ਨਹੀਂ ਹਾਂ ਮੈਂ ਤਾਂ ਤੁਹਾਡੇ ਜੋੜੇ ਚਾਰਨ ਵਾਲਾ ਤੁਹਾਡਾ ਦਾਸ ਹੈ ਲਓ ਉਹ ਕਵਾਲੀ ਤੁਹਾਡੀ ਨਜ਼ਰ ਕਰ ਰਹੇ ਹਾਂ ਕਬੂਲ ਸਾਈਂ ਬੁੱਢਣ ਸ਼ਾਹ ਪੀਰਾਂ ਦਾ ਸਾਈਂ ਬੁੱਢਣ ਸ਼ਾਹ ਪੀਰਾਂ ਦਾ ਪੀਰ ਮੇਰਾ ਦੇਵੋ ਸੇਵਾ ਦਾ ਮੈਨੂੰ ਸੰਭਾਲ ਜੁਮਾ 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 ਕਿਹਨੂੰ ਕਹਿੰਦੇ ਆ ਇੱਕ ਤਾਂ ਹੁੰਦਾ ਜੁਮਾ ਨਹੀਂ ਉਹ ਤਾਂ ਸ਼ੁੱਕਰਵਾਰ ਹੋ ਗਿਆ ਨਾ ਫਰਾਈਡੇ ਉਹ ਤਾਂ ਜੁਮਾ ਹੁੰਦਾ ਜਿਹੜੀ ਵੀਰਵਾਰ ਦੀ ਰਾਤ ਹੁੰਦੀ ਹੈ ਉਹਨੂੰ ਕਹਿੰਦੇ ਜੁਮੇ ਰਾਤ ਪਰ ਜੁਮਾ ਪਤਾ ਕਿਹਨੂੰ ਕਹਿੰਦੇ ਆ ਜੁਮੇਵਾਰੀ ਨੂੰ ਦੇਵੋ ਸੇਵਾ ਦਾ ਮੈਨੂੰ ਸੰਭਾਲ ਜੁਮਾ ਜੁਮੇਵਾਰੀ ਹੁਕਮ ਲਾਓ ਸਾਈਂ ਬੁੱਢਣੀ ਸ਼ਾਹ ਪੀਰਾਂ ਦਾ ਪੀਰ ਮੇਰਾ ਦੇਵੋ ਸੇਵਾ ਦਾ ਮੈਨੂੰ ਸੰਭਾਲ ਜੁਮਾ ਜਿਨ੍ਹਾਂ ਥਾਵਾਂ ਤੇ ਬੰਦਗੀ ਤੂੰ ਕੀਤੀ ਇਹਨਾਂ ਥਾਵਾਂ ਨੂੰ 100-100 ਵਾਰ ਚੁੰਮਾ ਉਹ ਤੇਰੀਆਂ ਸ਼ੇਰ ਬੱਕਰੀਆਂ ਸ਼ੇਰ ਬੱਕਰੀਆਂ ਸ਼ੇਰ ਬੱਕਰੀਆਂ ਅਰਦਾਸੀ ਅਰਦਾਸੀ ਤਾਈਓ ਪਈਆਂ ਨੇ ਬੇ ਸ਼ੁਮਾਰ ਤੁਮਾਰ ਕੈਸਾ ਅਜਬ ਨਜ਼ਾਰਾ ਮੇਰੀ ਸਰਕਾਰ ਦਾ ਮੇਰੇ ਸਾਈਂ ਦੀਆਂ
شیر چار دا جی تیرے سائیں خدا
خود ہی کو کر بلند اتنا بابا جی سر خود ہی کو کر بلند اتنا کہ ہر تقدیر سے پہلے خدا خود بندے سے پوچھے بتا تیری رضا کیا ہے جیت اینی بندگی سائیں دی آتے ملے اکبر حاجی پر تو سمادہ والے مہاراج ویلکم ہیں چاج تو سائیں انمول ناجی او بھی آئے دیں ویلکم تان تان ڈولو والے مہاراج تان تان بابا بنود ناتھ مہاراج بالا ناجی مہاراج سارے جنہیں فقیر آئے ہیں جنہیں سنت آئے ہیں انہوں میرے بنوں بھی نمی سال دی مبارک بعد بھی اور سلام بھی دوجا سوید بیٹھے دوجا سوید ہیر پر بابا جی سرپان صاحب کتے ہیں سرپان صاحب کتے چلے گئے شمی جی جتھے میری آواز نو سن دے ہون سرپان صاحب وہ اتھے ہی رہن میں سنتاں والے چھوٹی جی گستاخی کروں گا او جنگلاں وچ منگل کر دیندے جتھے ہووے واسا سنتاں دا سمو سنتاں دے نام دے اک تاڑی بجا دے بڑی جوڑ دی تاڑی کئی سوچ دے ہونگے بھی درگا رنگیلا ایتھے کہ میں آ گیا اے میرا اپنا ہی علاقہ سمجھ لو روپڑ دا کوئی اس پنڈا دا کاٹ گڑ دا رتے آل جائے ادن بال کوئی زیادہ فرق نہیں ہے مینوں چاہے اج کہ میں بڑی دنیا چکایا باہر دے ملکان چا کوئی بھی ایسا کوئی ایسا کنٹری نہیں ہے جتھے پنجابی بس دے ان میں نہ گایا ہوئے پر جدو بندہ اپنے کار چکا ہوں دا نا انہوں نظارہ وکھ رہی ہوں دا آج میں اپنے کار چکا رہے ہیں میری یہاں پہنا سارے میرے بیر سارے پہنچے ہیں بیلکم کہنا ہے پلا دے ہو میں بابا جی نال ہو رہا نال مارا جا ایک شیر نظر کرنا ہے نا دی شمی سرپان صاحب آئے نہیں اجے تک بیٹھو بابا جی پلیز تھوڑا ایدھر میری نظر جرا فقیرانا رلن دے ہو رب نو بھی مننا پیندہ ہے کیتا ارداسا سنتان دا چاہ پوری ہو جا ہر دل دی ہو بے پرواسا سنتان دا او پٹ دن دے جنا او برش دیاں جیڑا کرے تماشا سنتان دا سچے دروار کی اوچھے مندر سنہری کندہ تیریاں کن بابا شیرناتھ جی اوچھے مندر سنہری کندہ تیریاں کن بابا شیرناتھ جی اوچھے مندر سنہری کندہ تیریاں
سنهري كندا بيريا بابا شيرناث جي او شيرناث جي 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 اونچے مندر ਮੇਰੀਆਂ ਬਾਬਾ ਸ਼ੇਰਨਾਥ ਜੀ ਉੱਚੇ ਮੰਤਰ ਸੁਨਹਿਰੀ ਕੰਦਾ ਤੇਰੀਆਂ ਬਾਬਾ ਸ਼ੇਰਨਾਥ ਜੀ ਤੁਸੀਂ
ਹੱਥ ਵਜਾ ਕੇ ਤਾੜੀ ਵਜਾ ਕੇ ਜਿਹਦੇ ਹੱਥ ਹੋਣਗੇ ਉੱਤੇ ਉਹਦੇ ਭਾਗ ਜਾਗਣਗੇ ਸੁੱਤੇ ਹਲਕਾ ਹਲਕਾ ਵਜਾ ਤੁਣਕਾ ਜਿਹਦੇ ਹੱਥ ਖੋਣਗੇ ਉੱਤੇ ਉਹਦੇ ਭਾਗ ਜਾਗਣਗੇ ਸੁੱਤੇ ਜਿਹਦੇ ਹੱਥ ਹੋਣਗੇ ਥੱਲੇ ਉਹਦੇ ਕੁਝ ਨਹੀਂ ਪੈਣਾ ਜਿਹਦੇ ਹੱਥ ਹੋਣਗੇ ਵਿਚਕਾਰ ਨਾ ਆਰ ਤੇ ਨਾ ਹੋ ਪਾਰ ਹੱਥ ਖੜੇ ਕਰਕੇ ਮੈਂ ਕਹਿਣਾ ਉੱਚੇ ਮੰਦਰ ਸੁਨਹਿਰੀ ਕੰਨਾਂ ਤੇਰੀਆਂ ਤੁਸੀਂ ਕਹਿਣਾ ਧੰਨ ਬਾਬਾ ਸ਼ੇਰ ਨਾਥ ਜੀ ਪਹਿਲਾਂ ਤਾੜੀ ਸੁਣਦੇ ਕਦੀ 1 2 3 4 ਉੱਚੇ ਮੰਦਰ ਸੁਨਹਿਰੀ ਕੰਨਾਂ ਤੇਰੀਆਂ ਧੰਨ ਬਾਬਾ ਉੱਚੇ ਮੰਦਰ ਸੁਨਹਿਰੀ ਉੱਚੇ ਮੰਦਰ ਸੁਨਹਿਰੀ ਹੋ ਸ਼ੇਰਨਾਥ ਜੀ ਸ਼ੇਰਨਾਥ ਜੀ ਸ਼ੇਰਨਾਥ ਜੀ ਸ਼ੇਰਨਾਥ ਜੀ ਹੋ ਸ਼ੇਰਨਾਥ ਜੀ ਚੌਰੀਆ ਵੀ ਮੰਨਦਾ ਹੈ ਚਿਰਾਂ ਤੋਂ ਹੋ ਰਹਿਮਤਾਂ ਦੇ ਹੱਥ ਕਦੇ ਉੱਠਣਾ ਨਾ ਸਿਰਾਂ ਤੋਂ ਸਰਜੀਤ ਗੋਣਾ ਚੌਰੀਆ ਵੀ ਜੈਕਾਰਾ ਬੜੀ ਵਾਲੀ ਸਰਕਾਰ ਦਾ ਸਰਜੀਤ ਗੋਣਾ ਚੌਰੀਆ ਵੀ ਰਹਿਮਤਾਂ ਦੇ ਹੱਥ ਕਦੇ ਰਹਿਮਤਾਂ ਦੇ ਹੱਥ ਕਦੇ ਮੇਰਾ ਤੁਰ ਕੇ ਦੁਰਗੇ ਰੰਗੀਲੇ ਤੇ ਬਥੇਰੀਆਂ ਧੰਨ ਬਾਬਾ ਸ਼ੇਰਨਾਥ ਜੀ ਉੱਚੇ ਮੰਦਰ ਸੁਨਹਿਰੀ ਕੰਧਾਂ ਤੇਰੀਆਂ ਧੰਨ ਬਾਬਾ ਸ਼ੇਰਨਾਥ ਜੀ ਉੱਚੇ ਮੰਦਰ ਸੁਨਹਿਰੀ ਕੰਧਾਂ ਤੇਰੀਆਂ ਧੰਨ ਬਾਬਾ ਸ਼ੇਰਨਾਥ ਜੀ ਉੱਚੇ ਮੰਦਰ ਸੁਨਹਿਰੀ ਕੰਧਾਂ ਤੇਰੀਆਂ ਧੰਨ ਬਾਬਾ ਸ਼ੇਰਨਾਥ ਘੰਟੇ ਡਿਊਟੀ ਆ ਸਵੇਰੇ ਜਿਮ ਜਾਣ ਕੋਈ ਮਾਫੀ ਨਹੀਂ ਸਰਪੰਚ ਸਾਹਿਬ 2 ਘੰਟੇ ਡਿਊਟੀ ਸਵੇਰੇ ਜਿਮ ਜਾਣਾ ਉਹ ਤੋਂ ਬਾਅਦ 2 ਘੰਟੇ ਇੱਦਾਂ ਹੀ ਢੋਲ ਵਜਾਉਣਾ ਕੋਈ ਮਾਫੀ ਨਹੀਂ ਕੰਟੀਨਿਊਟੀ 'ਚ ਮਾਫੀ ਉਸ ਦਿਨ ਹੈ ਜਿੱਦਣ ਪ੍ਰੋਗਰਾਮ ਹੋਵੇ ਇਹ ਬਾਬਾ ਜੀ ਤੁਹਾਡਾ ਪੋਤਾ ਦਾਸ ਦਾ ਬੜਾ ਬੇਟਾ ਗਲਾ ਢੋਲ ਵਜਾਉਂਦੀ ਤਾਂ ਤੁਸੀਂ ਦੁਨੀਆ ਹੀ ਦੇਖੀ ਆ ਪਰ ਨਾਲ ਅਦਾਕਾਰੀ ਐਕਸ਼ਨ ਅਤੇ ਨਾਲ ਨੱਚਣਾ ਡਬਲ ਨਹੀਂ ਬਲਕਿ ਟ੍ਰਿਪਲ ਪਰਫੋਰਮੈਂਸ ਸ਼ਮੀ ਜੀ ਤੁਹਾਡਾ ਭਤੀਜਾ ਹੈ ਇਹ ਮੈਨੂੰ ਕਹਿੰਦਾ ਪਾਪਾ ਵੱਡਾ ਨਾਮ ਕਿਵੇਂ ਬਣੇਗਾ ਮੈਂ ਕਿਹਾ ਪੁੱਤਰਾ ਸਭ ਤੋਂ ਪਹਿਲਾਂ ਤੇਰਾ ਕੰਮ ਤੂੰ ਕਿੱਦਾਂ ਦਾ ਕੰਮ ਕਰਦਾ ਦੁਨੀਆ ਨੂੰ ਚੰਗਾ ਲੱਗਦਾ ਜਾਂ ਨਹੀਂ ਫਿਰ ਦੂਜੀ ਗੱਲ ਕਲਰ ਦੀ ਇਹ ਮਿੱਟੀ ਜਿਹੜੀ ਸਿਰ ਦੇ ਉੱਤੇ ਪੜਦੀ ਹੈ ਇਹੀ ਮਿੱਟੀ ਅੱਖੀਆਂ ਦੇ ਵਿੱਚ ਸੁਰਮਾ ਹੋ ਕੇ ਪੜਦੀ ਹੈ ਪੁੱਤਰਾ ਨੀਵਾਂ ਹੋ ਕੇ ਜੋ ਕੋਈ ਚੱਲਦਾ ਗੁੱਡੀ ਉਹਦੀ ਚੜਦੀ ਵੀਰ ਜੀ 2 ਮਿੰਟ ਰੋਕਿਓ ਪਾਣੀ ਪਾਣੀ 2 ਮਿੰਟ ਰੋਕਿਓ ਸਿਰਫ ਓਨਲੀ 2 ਮਿੰਟ 2 ਮਿੰਟ ਓਨਲੀ 2 ਮਿੰਟ ਇਹ ਦਾਸ ਦਾ ਬੜਾ ਬੇਟਾ ਗੁਲਾਮ ਮੁਹੰਮਦ ਇਹ ਤੋਂ ਛੋਟਾ ਇਹ ਗੁਲਾਮ ਰੰਗੀਲਾ ਇਹ ਕਮਲ ਰੰਗੀਲਾ ਦੋ ਹੀ ਕਾਫੀ ਔਰ ਤੋਂ ਮਾਫੀ ਇਹ ਗ੍ਰੈਜੂਏਸ਼ਨ ਕਰ ਰਿਹਾ ਅਜੇ ਪੜ੍ਹਦਾ ਅਤੇ ਨਾਲ ਦੀ ਨਾਲ ਮਾਡਲਿੰਗ
ਮੇਰੇ ਕਈ ਗਾਣਿਆਂ ਦੇ ਵਿੱਚ ਤੁਸੀਂ ਦੇਖ ਚੁੱਕੇ ਇਹ ਦੋਨਾਂ ਜੋੜੀ ਨੂੰ ਅੱਜ ਕੱਲ ਲੋਕ ਕਹਿੰਦੇ ਵੀ ਸਾਡੀਆਂ ਟਰਾਂਸਪੋਰਟਾਂ ਚੱਲਦੀਆਂ ਸੀ ਅਰਬਾਂ ਖਰਬਾਂ ਪਤੀਆਂ ਮੈਂ ਮੰਨ ਲੈਣਾ ਠੀਕ ਹੈ ਪਰ ਬੱਚੇ ਨਸ਼ਾ ਕਰਦੇ ਆ ਤੁਹਾਡੇ ਤੇ ਤੁਹਾਡਾ ਇਹਨਾਂ ਬੱਚਿਆਂ ਤੇ ਸੰਤਾਂ ਦਾ ਇਹਨਾਂ ਫਕੀਰਾਂ ਦਾ ਆਸ਼ੀਰਵਾਦ ਹੈ ਨਾ ਦਾਰੂ ਨਾ ਚਿੱਟਾ ਨਾ ਕਾਲਾ ਨਾ ਭੁੱਕੀ ਨਾ ਚੜਦਾ ਨਾ ਫੀਮ ਨਾ ਸਿਗੜ ਨਾ ਬੀੜੀ ਸਾਰੇ ਨਸ਼ਿਆਂ ਤੋਂ ਰਹਿਤ ਦੋਨੇ ਬੱਚੇ ਇੱਕ ਵਾਰੀ ਤਾੜੀ ਵਜਾ ਦਿਓ ਜੋੜ ਨਾਲ ਮੇਰੀਆਂ ਭੈਣਾਂ ਦੇ ਭਤੀਜੇ ਆ ਮਾਵਾਂ ਦੇ ਪੋਤੇ ਆ ਆਸ਼ੀਰਵਾਦ ਦਿਓ ਸਭ ਦੇ ਬੱਚੇ ਇਦਾਂ ਦੇ ਲਾਇਕ ਹੋਣੇ ਚਾਹੀਦੇ ਆ ਬਹੁਤ ਮਿਹਰਬਾਨੀ ਥੈਂਕ ਯੂ ਬਨ ਆਹਾ ਇਹ ਬਾਤ ਇਹ ਚਾਹੀਦਾ ਸਰਜੀਤ ਗੋਣਾ ਚੌਰੀਆ ਵੀ ਮੰਨਦਾ ਹਜਰਾਂ ਤੋਂ ਰਹਿਮਤਾਂ ਪਲਾ ਦੋ ਪਾਣੀ ਰਹਿਮਤਾਂ ਦੇ ਹੱਥ ਕਦੇ ਉੱਠਣੇ ਨਾ ਸਿਰਾਂ ਤੋਂ ਸਰਜੀਤ ਗੋਣਾ ਚੌਰੀਆ ਵੀ ਰਹਿਮਤਾਂ ਦੇ ਹੱਥ ਕਦੇ ਰਹਿਮਤਾਂ ਦੇ ਹੱਥ ਕਦੇ ਮੇਰਾ ਤੁਰ ਕੇ ਹੋ ਮੇਰਾ ਨੰਨੂ ਮੇਰਾ ਕਮਲ ਰੰਗੀਨ ਦੇ ਬਥੇਰੀਆਂ ਸ਼ੇਰਨਾਥ ਜੀ ਜੈਕਾਰਾ ਮਹਾਨ ਸਾਧੂ ਸੰਤਾਂ ਦਾ ਬਹੁਤ ਥੈਂਕ ਯੂ ਮਿਹਰਬਾਨੀ ਭੈਣਾਂ ਵੱਲੋਂ ਭਾਈਆਂ ਨਾਲੋਂ ਜ਼ਿਆਦਾ ਮਾਣ ਆ ਰਿਹਾ ਇਹਨਾਂ ਦੀ ਖਜ਼ਾਨੇ ਦੀ ਚਾਬੀ ਇਹਨਾਂ ਕੋਲ ਹੀ ਹੁੰਦੀ ਹੈ ਜੇ ਕਈ ਵਾਰੀ ਜੈਬੇ ਉਹਨੀ ਬੇਹੋਸ਼ ਹੋ ਜਾਣ ਪਰਸ ਸਿਰੇ ਲੱਗ ਜਾਏ ਹੱਥ ਲੱਗ ਜਾਏ ਫਿਰ ਮੁੜ ਕੇ ਆੜਤੀਆਂ ਦੀਆਂ ਪਰਚੀਆਂ ਰਹਿ ਜਾਂਦੇ ਵਿੱਚ ਬਾਕੀ ਸਵਾਇਆ ਆਹਾ ਥੈਂਕ ਯੂ ਭੈਣੋ ਬਹੁਤ ਮਿਹਰਬਾਨੀ ਸਾਡੇ ਬਾਈ ਜੀ ਇਹਨਾਂ ਚੀਜ਼ਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਥੈਂਕ ਯੂ ਮਿਹਰਬਾਨੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਲਓ ਜੀ ਧਿਆਨ ਦਿਓ ਆਪਣੀ ਜਨਮ ਦੇਣ ਵਾਲੀ ਮਾਂ ਦੇ ਨਾਂ 'ਤੇ ਤਾੜੀ ਵਜਾਓ ਇੱਕ ਜਿਹਨੂੰ ਜਿਹੜੇ ਜਿਨ੍ਹਾਂ ਨੇ ਮਾਂ ਦੀ ਕੁੱਖ ਤੋਂ ਜਨਮ ਲਿਆ ਉਨੀ ਤਾੜੀ ਦੀ ਆਵਾਜ਼ ਆਈ ਨਹੀਂ ਹੈ ਦੋਸਤੋ ਥੈਂਕ ਯੂ ਜਿਉਂਦੇ ਰਹੋ ਸੰਤ ਮਹਾਂਪੁਰਸ਼ ਬਾਬਾ ਸ਼ੇਰਨਾਥ ਜੀ ਤੁਹਾਡੀਆਂ ਮਨੋਕਾਮਨਾ ਪੂਰੀਆਂ ਭੈਣਾਂ ਨੂੰ ਪੁੱਤਰ ਦੀ ਦਾਤ ਬਖਸ਼ਣ ਸੁੱਖ ਸ਼ਾਂਤੀ ਇੱਜ਼ਤ ਆਬਰੂ ਸਨਮਾਨ ਮਾਣ ਬਖਸ਼ਣ ਇਹ ਸੰਤ ਸੱਚੇ ਮੇਰੇ ਸਾਹਮਣੇ ਬੈਠੇ ਹੈ ਲਓ ਧਿਆਨ ਦਿਓ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਬਾਹਰਲੇ ਮੁਲਕ ਚਲਾ ਜਾਵਾਂ ਘਰ ਦੀ ਗਰੀਬੀ ਨੂੰ ਦੂਰ ਕਰ ਦੇਵਾਂ ਹੁਣ ਤੱਕ ਉਹ ਜ਼ਿਆਦਾ ਹੀ ਟ੍ਰੈਂਡ ਹੈ ਠੀਕ ਹੈ ਸ਼ੌਂਕ ਹੁੰਦਾ ਇਹ ਵੀ ਵਧੀਆ ਗੱਲ ਹੈ ਵੀ ਪੂਰੀ ਸਟੱਡੀ ਕਰਕੇ ਬਾਹਰ ਜਾਣਾ ਇਹ ਵੀ ਸ਼ੌਕ ਹੈ ਪਰ ਮੈਂ ਇੱਕ ਗੱਲ ਜ਼ਰੂਰੀ ਤੁਹਾਡੇ ਨਾਲ ਦੋਸਤੋ ਸਾਂਝੀ ਕਰਨੀ ਚਾਹੁੰਦਾ ਮੇਰੀਆਂ ਭੈਣਾਂ ਵੀ ਬੈਠੀਆਂ ਬਹੁਤ ਸਾਰੇ ਇਹਨਾਂ ਦੇ ਪੁੱਤਰ ਭਤੀਜੇ ਬਾਹਰ ਗਏ ਹੋਣਗੇ ਭਰਾਵਾਂ ਦੇ ਵੀਰ ਬਜ਼ੁਰਗਾਂ ਦੇ ਪੁੱਤਰ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਬੰਦੇ ਦਾ ਕੰਮ ਝੰਡੀ ਪੱਟ ਹੋਵੇ ਉੱਧਰ ਕਈ ਵਾਰੀ ਵਕਤ ਐਸਾ ਹੁੰਦਾ ਨਾ ਇਹ ਵਕਤ ਕਿਸੇ ਦੇ ਪਿਓ ਦਾ ਨਹੀਂ ਆਹ ਸੰਤਾਂ ਵੱਲੋਂ ਸਨਮਾਨ ਇਹਨੂੰ ਮੇਰੇ ਪਰਸ ਵਿੱਚ ਰੱਖ ਲਿਓ ਇਹ ਸੰਤਾਂ ਨੇ ਮੈਨੂੰ ਗੁਪਤ ਮੇਰੇ ਹੱਥ ਵਿੱਚ ਦਿੱਤਾ ਇਹ ਓਨਾ ਚਿਰ ਮੇਰੇ ਨਾਲ ਰਹੇਗਾ ਜਿੰਨਾ ਚਿਰ ਮੇਰਾ ਆਖਰੀ ਦਮ ਹੋਵੇ ਬੜੇ ਆਰਾਮ ਨਾਲ ਪਲਾਇਓ ਵੀਰ ਜੀ ਥੱਲੇ ਬੈਠ ਜਾਓ ਜ਼ਿਆਦਾ ਵਧੀਆ ਗੱਲ ਹੈ ਹਰ ਇੱਕ ਬੰਦੇ ਦਾ ਜੀ ਕਰਦਾ ਬਾਹਰਲੇ ਮੁਲਕ ਚਲਾ ਜਾਵਾਂ ਘਰ ਦੀ ਗਰੀਬੀ ਨੂੰ ਦੂਰ ਕਰ ਦੇਵਾਂ ਦਰਬਾਰੀ
پربو ہی ہوتا ہے جو منظور خدا ہوتا ہے دوستو ایک نوجوان باہر چلے گیا کنیڈا دی ترتی تے پر او دا کام نہیں چلیا ادھر جا وقت نے او دا ساتھ نہیں دتا کیونکہ وقت کسے دے پیو دا نہیں کی پتہ ہے کدوں پھر جاوے پتہ اودوں لگدا ہے جد پنچھی پنجرے وچ گر جاوے اوکھے ویلے تا متر وی شمی جی چھڈ جاندے اپنے سائے نے اوے سنیا تو ساڈے اوجن دے خوفی آ جشن منا تنتر بابا آہا تن تن بابا شیر ناتھ جی دے ماتا جی سٹیج پر آ سکدے آہا تسی ادھر نوں منہ کر کے کھڑو جرا رما ماں پورنی دیوی جی دیکھو کیسا نام ہے ہر ایک ماں دا جی کردا کہ میری گودی چ پتر ہووے کتے تی نہ ہووے جے پتر جمن دی لالس ہے نا پتر جمن دا شوق ہے پھر پتر جیڑا ماں ماتا پورنی نے پورن ہر ایک کم دے وچ پورن ہو کے عبادت دے وچ پورن ہو کے پھر پت کیڑا جمیا بابا شیر ناتھ ہر ایک ماں دے دل دی تمنا ہے کہ میری گودی چ پتر ہووے جے پتر جمنا ہے تا ماتا پورنی ورگا او دانی بھی سی بابا شیر ناتھ او بھگت بھی سی او سورمے بھی سی دانی جا بھگت سورمے تنے جگ جیوندے نے جے ماں اپنے پتر بچ انہاں تنہاں گناں توں ایک بھی نہ پر سکی پھر ایویں اپنا نوری برباد کیتا ہے اے دے نال جہان تو اوتریا چلے جاوے کیونکہ جن جنت بھگت جن کہے داتا کا سور نہیں تو جانی باج رہے کاہے گواوے نور جے پتر ایداں دا نہیں جمنا نا پھر اے دے نال جہان تو اوتریا چلے جاوے ماں تینوں سجدہ میرا تیرے چرناں نوں سلام ہے کیونکہ تو بابا جی ساڈے باپو جی بابا شیر ناتھ جی دے ماتا جی جور دی بجا دیو تاڑی ایک واری جنہ دی آج یاد بھی تسی کٹھے ہوئے ہیں جنہ دی برسی منا رہے ہیں میری ماں تینو سلام ہے کروڑ بار ہاں جی دنیا چی جدوں سی میں نا لینا سکھیا میری ماں بولو 500 روپے دا سونا انعام جدو بچہ چھوٹا ہوندا نا او چاچا تایا کچھ نہیں کہندا جدو ہلکا جا توتلی جوان چ نال لندا سب تو پہلا ماں کہندا دنیا چ جدو سی میں نال لینا سکھیا سب تو پہلا سی میں ماں کہنا سکھیا ماں پورنی دیوی ورگی ہوئے آہا اپنے پنڈ دے بوڑا جائی ناشاں لبنی ہوئے اپنے پنڈ دے بوڑا جائی ناشاں لبنی نہ جائیو پر دے سو آخا لے پترا روٹی وے کوئی ہاتھ ماں
ٹولی یاراں دی بوڑاں دی شامیں بیندیاں او نا میلے لگ دے تیاں دے تے پپلی پینگ کوئی ऐसे शौक अवले ने सच आखे लाल अठौली दा मेरे वतन नड़ो सर थले ने जेड़ी चूरियां कुट खुमा बे मातियो नाल बड़ी ना जायो परदेस ओ तेरी माल बड़ी ना जायो परदेस ओ तेरी माल बड़ी ओ ना जायो परदेस پروفیسر موہن سنگھ صاحب نے لکھیا او کہندے ماں جیسا کنشاما بوٹا میں نے جگتے نظر نہ آوے جس تو لے کے شان اداری رب نے سورگ بنائے ہور کل دنیا دے بوٹے جڑ سکیاں سک جاون اے پرفلنا دے کمڑایاں اے بوٹا سک جائے ایک میں اپنے نوجوان جڑے میرے ویر ہیں بڑے ادبنا بیٹھے ہیں سارے ساریاں پہنا ایک میں تو آڈے نال گل شیئر کرنی چاہونا ہے آج کل جیڑا ساڑا پنجاب ہے نا گوھر نہ سنے ہو مرجا اے پانچ دریاماں دی ترتی ہے بابا جی سارے فقیر بیٹھے ہیں سمجھدار پڑے لکھے میرے پائی بیٹھے ہیں پہنا جتھے اے پانچ دریاماں دی ترتی ہے نا اوتھے کشیما دریار نشیاں دا بھی بڑھ گیا بچے دوستو اے جڑی جوانی ہے نا اے مڑکے نہیں ہونی جے اسی سوچی ہے نا بھی شاید اسی اگلے جنم وچ ہور بڑے لوگ بنا گے بول جاؤ میں نہیں کہندا گرواں دی گل ہے کہ مانس جنم درلمب ہے ہوت نہ بارمبار میں تواڈے چرنا دا اس دربار دا کوکر ہاں میرا فرض ہے جاگدے رہو کہنا جیڑا جاگ دا ہوندہ ہے چونکی دار وہ ٹھیک رہندہ ہے نہیں تا کئی باری پھر کالے کچھانے لٹ کے لائی جاندے میری گل کہی بھی بڑی دور تک جاندی ہے لیو ٹیلی کاسٹ ہو رہی ہے کہ پتر نہ تین قسم دے ہوندے ہیں اج کل بڑے نوجوانہ دی نشے دے کارن مطرو موت ہوندی ہے وہ بڑا دکھ لگ دا ہے بہت کئی باری اکھان دے بچے رونا آ جاندہ ہے کہ انہی سونی جوانی پنگ دے پارے گال دیتی عبادت کر لو کاروبار کر لو کوئی کم کر لو مطرو پر میری ہاتھ جوڑ کے بینتی ہے پوت تین قسم دے ہونے ہیں ایک ہوندہ پتر تے ایک ہوندہ سپتر ایک ہوندہ کپتر جیڑا پتر ہوندہ او ہوندہ جیڑا باپ دی پروپٹی نو قائم رکھے چاہے او پنج کیلے ہیں او قائم ہی رکھے پنج تو شے نہ بنا بے پر پنجانو گوابے نہ بھائی جی پلیز او ہوندہ پتر کہ فلانا سنگھ دا پتر تریا جاندہ ہے یارے نے باپو دی منتنو قائم رکھے ایک ہوندہ سپتر جے باپو نے دس کھیت بنایا انہیں بھی بنا دیتے لوگ کی ساتھ جب بیٹھ کے گلنہ کر دی ہیں ساڑھیاں پہنا بھی کئی بری گلنہ کر دی ہیں کٹھی ہیں کہ فلانا سنگھ دا سپتر بڑا لائک ہے جو باپو نے کیتا ہوتا کمال ہے پر انہیں با کمال کر دیتا او ہوندہ سپتر
ਕਪੁੱਤਰ ਕਿਹੜਾ ਹੁੰਦਾ ਰੱਬ ਨਾ ਕਰੇ ਬਾਪੂ ਦੀ ਚਿੱਟੀ ਪੱਗ ਤੇ ਲਾ ਦੇਵੇ ਕਾਲਖ ਦਾ ਧੱਬਾ ਓਏ ਲੋਕੀ ਕਹਿਣਗੇ ਇਹਦੇ ਨਾਲ ਤਾਂ ਨਹੀਂ ਜੰਮਦਾ ਕੋਈ ਇੱਟ ਹੁੰਦੀ ਕਿਸੇ ਕੰਧ ਕੋਲੇ ਨੂੰ ਲੱਗ ਜਾਂਦੀ ਤੇ ਤਾਂ ਬਾਪੂ ਦਾ ਨਾਂ ਹੀ ਖਰਾਬ ਕਰ ਦਿੱਤਾ ਲਓ ਉਹ ਗਾਣਾ ਜਿਹਨੂੰ ਪੂਰੀ ਦੁਨੀਆ ਗਾਉਂਦੀ ਫਿਰਦੀ ਹੈ ਮੇਰੇ ਗਾਣੇ ਨੂੰ ਦੋ ਲੈਣਾ ਤੁਹਾਡੀ ਨਜ਼ਰ ਕਰ ਰਹੇ ਹਾਂ ਮੇਰੀ ਤੁਹਾਨੂੰ ਹੱਥ ਵਰ ਕੇ ਬੇਨਤੀ ਹੈ ਕਿ ਪੜ੍ਹ ਲਿਖ ਮਿੱਤਰੋ ਨਾਮ ਕਮਾ ਲਓ ਵੱਖਰੀ ਜਗ ਤੇ ਟੌਰ ਬਣਾ ਲਓ ਫਿਰ ਸਾਰੀ ਹੀ ਦੁਨੀਆ ਸ਼ਾਬਾ ਸ਼ਾਬਾ ਆਖੂਗੀ ਉਹ ਪੁੱਤਰਾਂ ਦੇ ਨਾਲ ਜੱਗ ਤੇ ਹੈ ਸਰਦਾਰੀ ਬਾਪੂ ਦੀ ਆਪਣੇ ਬਾਪੂ ਦੇ ਨਾਂ ਦੇ ਤੁਸੀਂ ਬਹੁਤ ਮੈਂ ਕਮਲ ਨੂੰ ਇੱਕ ਦਿਨ ਕਿਹਾ ਮੈਂ ਤੂੰ ਵੀ ਗਾਉਣਾ ਗੁਣਾ ਗਾ ਲਿਆ ਕਰ ਕਦੇ ਕਹਿੰਦਾ ਪਾਪਾ ਕਹਿੰਦਾ ਤੁਹਾਨੂੰ ਦੇਖ ਕੇ ਤਾਂ ਮਾੜਾ ਮੋਟਾ ਜਿਹੜਾ ਹੁੰਦਾ ਉਹ ਵੀ ਭੁੱਲ ਜਾਈਗਾ ਮੈਂ ਕਿਹਾ ਨਹੀਂ ਮੈਨੂੰ ਮੈਕ ਲੇਤਾ ਕਾਲ ਲੈਸ ਹੁੰਦਾ ਇਹ ਮੋਟਰ 'ਤੇ ਜਾ ਕੇ ਗਾਉਂਦਾ ਹੁੰਦਾ ਕਈ ਵਾਰੀ ਉੱਥੇ ਫਿਰ ਉੱਚੀ ਉੱਚੀ ਟਰੈਕਟਰ 'ਤੇ ਬਹਿ ਕੇ ਗਾਉਂਦਾ ਮੈਂ ਫੜ ਲਿਆ ਕਦੇ ਉੱਥੇ ਜਾ ਕੇ ਗੱਡੀ 'ਚ ਮੱਲ ਕੇ ਦੇ ਮੈਂ ਕਿਹਾ ਤੂੰ ਤਾਂ ਕਹਿੰਦਾ ਮੈਂ ਗਾਉਣਾ ਨਹੀਂ ਕਹਿੰਦਾ ਜੇ ਮੈਂ ਟਰਾਈ ਕਰਦਾ ਫਿਰ ਸੁਣਾਊਂਗਾ ਨਾ ਤੁਹਾਨੂੰ ਉਹ ਪੜ੍ਹ ਲਿਖ ਮੁੰਡਿਆ ਨਾਮ ਕਮਾ ਲੋ ਉਹ ਵੱਖਰੀ ਜਗ ਤੇ ਟੌਰ ਬਣਾ ਲੋ ਨਸ਼ੇ ਖਿਲਾਉਂਦਾ ਜਾਂ ਨਸ਼ੇ 'ਤੇ ਲਾਉਂਦਾ ਮੈਂ ਇੱਕੋ ਗੱਲ ਆਖਾਂਗਾ ਜਿਹੜਾ ਚਲਾਕ ਬੰਦਾ ਹੁੰਦਾ ਨਾ ਉਹ ਪਹਿਲਾਂ ਕੋਲੋਂ ਖਿਲਾਉਂਦਾ
ਤੁਹਾਨੂੰ ਉਸ ਸਟੇਜ ਤੇ ਜਾ ਕੇ ਛੱਡਣਾ ਜਿੱਥੇ ਫਿਰ ਤੁਸੀਂ ਕਿਤੋਂ ਨਾ ਕਿਤੋਂ ਉਹ ਚੀਜ਼ ਨੂੰ ਮੰਗਣਾ ਉਹ ਚੱਲਣ ਦੇ ਉਹਨਾਂ ਚਾਲ ਕਦੇ ਵੀ ਚੱਲਣ ਦੇ ਉਹਨਾਂ ਚਾਲ ਕਦੇ ਕਿਸੇ ਚ ਲਾਕੂ ਦੀ ਉਹ ਪੁੱਤਰਾਂ ਦੇ ਨਾਲ ਜਗਦੇ ਸਰਦਾਰੀ ਬਾਪੂ ਦੀ ਗਜ਼ਲ ਤੋਂ ਲੈ ਕੇ ਫੋਕ ਤੱਕ ਗਜ਼ਲ ਕਾਫੀ ਕਵਾਲੀ ਫੋਕ ਬੇਟੇ ਦੂਜੇ ਕਾਲ ਤੋਂ ਹੀ ਰਪੈ ਰਹੀ ਸਾਡੇ ਬਾਬਾ ਜੀ ਦੀ ਫਰਮਾਇਸ਼ ਹੈ ਫਕੀਰਾਂ ਦੇ ਕਹਿੰਦੇ ਕੋਈ ਇਸ਼ਕ ਹਕੀਕੀ ਦੀ ਗੱਲ ਕਰੋ ਮੁਜ਼ਾਜ਼ੀ ਦੀ ਨਾ ਕਰੇ ਤਾਂ ਦੁਨੀਆ ਗਾਉਂਦੀ ਫਿਰਦੀ ਇਸ਼ਕ ਹਕੀਕੀ ਇਸ਼ਕ ਹਕੀਕੀ ਦੀ ਗੱਲ ਹੈ ਬਾਬਾ ਜੀ ਸ਼ਮੀ ਸਾਹਿਬ ਫਕੀਰ ਬੈਠੇ ਹੁਕਮ ਹੈ ਇਹਨਾਂ ਦਾ ਇੱਕੋ ਗੱਲ ਤੋਂ ਇਸ਼ਕ ਨੂੰ ਸ਼ੁਰੂ ਕਰਾਂਗਾ ਕਿ ਇਸ਼ਕ ਦੇ ਬਿਨਾਂ ਬੰਦਗੀ ਨਹੀਂ ਹੁੰਦੀ ਮਿੱਤਰੋ ਜੇ ਇਸ਼ਕ ਨਾ ਹੋਵੇ ਨਾ ਤਾਂ ਬੰਦਗੀ ਨਹੀਂ ਹੁੰਦੀ ਜੇ ਇਸ਼ਕ ਨਾ ਹੋਵੇ ਤਾਂ ਗਾਇਆ ਨਹੀਂ ਜਾਂਦਾ ਜੇ ਇਸ਼ਕ ਨਾ ਹੋਵੇ ਤਾਂ ਖਾਇਆ ਨਹੀਂ ਜਾਂਦਾ ਜੇ ਇਸ਼ਕ ਨਾ ਹੋਵੇ ਤਾਂ ਨਹਾਇਆ ਨਹੀਂ ਜਾਂਦਾ ਜੇ ਇਸ਼ਕ ਨਾ ਹੋਵੇ ਤਾਂ ਪਕਾਇਆ ਨਹੀਂ ਜਾਂਦਾ ਜੇ ਬਿਨਾਂ ਇਸ਼ਕ ਤੋਂ ਪੱਕਦਾ ਉਹ ਵੀ ਕਈ ਵਾਰੀ ਕੱਚਾ ਰਹਿ ਜਾਂਦਾ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਬਾਬੇ ਬੁੱਲੇ ਸ਼ਾਹ ਜਿਨ੍ਹਾਂ ਦੇ ਗੁਰੂ ਸ਼ਾਹ ਅਨਾਇਤ ਅਲੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਆਪਣੇ ਗੁਰੂ ਨੂੰ ਗੁਰੂ ਦਾ ਅਦਬ ਕਰਨਾ ਵੀ ਇੱਕ ਇਸ਼ਕ ਹੈ ਇਸ਼ਕ ਤੋਂ ਬਿਨਾਂ ਅਦਬ ਨਹੀਂ ਹੁੰਦਾ ਕਹਿੰਦੇ ਹਰ ਰੂਸੇ ਗੁਰਮੇਲ ਸੇ
ਹਰ ਰੂਸੇ ਗੁਰਮੇਲ ਸੇ ਗੁਰੂ ਸੇ ਨਾ ਠੋਰ ਭੀਖਾ ਵੋ ਨਰਕੂੜ ਹੈ ਜੋ ਗੁਰ ਕੋ ਜਾਣੇ ਔਰ ਜਿਨ੍ਹਾਂ ਨੂੰ ਗੁਰੂ ਦਾ ਮਕਾਮ ਜਿਨ੍ਹਾਂ ਨੂੰ ਗੁਰੂ ਦੇ ਦਰਜੇ ਦਾ ਹੀ ਨਹੀਂ ਪਤਾ ਜਿਨ੍ਹਾਂ ਨੂੰ ਗੁਰੂ ਦੀ ਇੱਜ਼ਤ ਆਬਰੂ ਦਾ ਹੀ ਨਹੀਂ ਪਤਾ ਉਹ ਚੇਲੇ ਤੋਂ ਕੋਈ ਲੈਣਾ ਮੈਨੂੰ ਕਈ ਵਾਰੀ ਫੋਨ ਆਉਂਦਾ ਹੁੰਦਾ ਕਹਿੰਦੇ ਦੀ ਤੁਹਾਡੇ ਤੁਸੀਂ ਅਸੀਂ ਤੁਹਾਨੂੰ ਗੁਰੂ ਬਣਾਉਣਾ ਤੁਹਾਡੇ ਚੇਲੇ ਬਣਨਾ ਉਹ ਮੈਂ ਕਿਹਾ ਭਾਈ ਮੈਂ ਤਾਂ ਜੇ ਆਪ ਹੀ ਚੇਲਾ ਰਹਿਣ ਦਿਓ ਮੇਰਾ ਵੀਰ ਕਿਉਂਕਿ ਹਰ ਰੂਸੇ ਗੁਰਮੇਲ ਸੇ ਮੈਂ ਪਹਿਲਾਂ ਆਖਿਆ ਗੁਰੂ ਸੇ ਨਾ ਠੋਰ ਭੀਖਾ ਵੋ ਨਰਕੂੜ ਹੈ ਜੋ ਗੁਰੂ ਗੁਰ ਕੋ ਜਾਣੇ ਹੋ ਜੇ ਇਸ਼ਕ ਇਬਾਦਤ ਬਣ ਜਾਂਦਾ ਉਦੋਂ ਅੱਖ ਮੁਰਸ਼ਦ ਨਾਲ ਲੜਦੀ ਹੈ ਫਿਰ ਦਿਲ ਅੱਲਾ ਹੀ ਅੱਲਾ ਕਹਾਉਂਦਾ ਹੈ ਰੂਹ ਕਲਮਾ ਨਬੀ ਦਾ ਪੜ੍ਹਦੀ ਹੈ ਜਦੋਂ ਗੁਰੂ ਦੇ ਰੰਗ ਵਿੱਚ ਚੇਲਾ ਰੰਗਿਆ ਜਾਂਦਾ ਨਾ ਫਿਰ ਕੁਛ ਨਹੀਂ ਦਿਖਦਾ ਸਿਰਫ ਮਾਲਕ ਦਾ ਨਾਮ ਬਈ ਬਾਜੀ ਧਿਆਨ ਦਿਓ ਜ਼ਰਾ ਬਾਬੇ ਬੁੱਲੇ ਸ਼ਾਹ ਦੇ ਗੁਰੂ ਗੁੱਸੇ ਹੋ ਗਏ ਵੈਸੇ ਤਾਂ ਗੁਰੂ ਨੂੰ ਕਦੇ ਗੁੱਸੇ ਨਹੀਂ ਹੋਣ ਦੇਣਾ ਚਾਹੀਦਾ ਗੁਰੂ ਗੁੱਸੇ ਹੋ ਗਏ ਬਾਬਾ ਬੁੱਲੇ ਸ਼ਾਹ ਵੀ ਬੜੇ ਸਿਆਣੇ ਸੀ ਉਹਨਾਂ ਨੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਬਾਬਾ ਜੀ ਵਰਗੇ ਨੂੰ ਕਹਿੰਦੇ ਬਾਬਾ ਜੀ ਮੇਰੇ ਗੁਰੂ ਗੁੱਸੇ ਹੋ ਗਏ ਉਹ ਕਹਿੰਦੇ ਭੋਲਿਆ ਬਹੁਤ ਮਾੜਾ ਕੰਮ ਹੋਇਆ ਗੁਰੂ ਤਾਂ ਗੁੱਸੇ ਨਹੀਂ ਹੋਣਾ ਚਾਹੀਦਾ ਕਹਿੰਦੇ ਫਿਰ ਮੈਂ ਗੁਰੂ ਨੂੰ ਮਨਾਵਾਂ ਕਿਵੇਂ ਉਹ ਕਹਿੰਦੇ ਵੀ ਪਹਿਲਾਂ ਤੈਨੂੰ ਨੱਚਣਾ ਪੈਣਾ ਨੱਚਣਾ ਤਾਂ ਕਹਿੰਦਾ ਮੈਨੂੰ ਆਉਂਦਾ ਨਹੀਂ ਕਹਿੰਦੇ ਫਿਰ ਨੱਚਣਾ ਸਿੱਖ ਕਹਿੰਦੇ ਫਿਰ ਗੁਰੂ ਮੰਨ ਜਾਏਗਾ ਕਹਿੰਦੇ ਇਕੱਲਾ ਨੱਚਣਾ ਨਹੀਂ ਬਲਕਿ ਪੈਰਾਂ 'ਚ ਝਾਂਜਰਾਂ ਵੀ ਪਾਉਣੀਆਂ ਪੈਣ ਬਾਬਾ ਬੁੱਲੇ ਸ਼ਾਹ ਕਹਿੰਦੇ ਪੈਰਾਂ ਦੇ ਵਿੱਚ ਝਾਂਜਰਾਂ ਪਾ ਕੇ ਓਏ ਨੱਚਣਾ ਸਿੱਖ ਹੈ ਗੁਰੂ ਮੰਨ ਜਾਏਗਾ ਕਹਿੰਦੇ ਜੀ ਮੰਨ ਜਾਏਗਾ ਬਾਬਾ ਬੁੱਲੇ ਸ਼ਾਹ ਕਹਿੰਦੇ ਕਹਿੰਦੇ ਸੌਦਾ ਸਸਤਾ ਹੈ ਜੇ ਨੱਚ ਕੇ ਯਾਰ ਮੰਨ ਜਾਵੇ ਪੈਰਾਂ 'ਚ ਘੁੰਗਰੂ ਪਾ ਕੇ ਫਿਰ ਸੌਦਾ ਸਸਤਾ ਹੈ ਅੱਜ ਕੱਲ੍ਹ ਜੇ ਕਿਸੇ ਦਾ ਗੁਰੂ ਗੁੱਸੇ ਹੋ ਜਾਵੇ ਉਹ ਆਪਣੇ ਦੋਸਤ ਨੂੰ ਪੁੱਛੇ ਵੀ ਬਾਈ ਗੁਰੂ ਗੁੱਸੇ ਹੋ ਗਿਆ ਗੁਰੂ ਕਿਵੇਂ ਮਨਾਉਣਾ ਉਹ ਆਖੇਗਾ ਕੱਲ੍ਹ ਨੂੰ ਕੋਈ ਨਹੀਂ ਬੜੇ ਗੁਰੂ ਤੁਰੇ ਫਿਰਦੇ ਕੋਈ ਹੋਰੇ ਬਣਾ ਲਈ ਪਰ ਮਿੱਤਰੋ ਗੁਰੂ ਤਾਂ ਬਹੁਤ ਹੋਣਗੇ ਪਰ ਪੂਰਨ ਗੁਰੂ ਬਹੁਤ ਔਖਾ ਮਿਲ ਪੂਰਨ ਸਾਰੇ ਰੰਗਾਂ 'ਚ ਰਾਜ਼ੀ ਹੋਵੇ ਜਿਹੜਾ ਜਿਹਨੂੰ ਹਰ ਇੱਕ ਰੰਗ ਚੜਿਆ ਹੋਵੇ ਕਹਿੰਦੇ ਜਿਹਦਾ ਯਾਰ ਨਹੀਂ ਰੁੱਸਦਾ ਉਹਨੂੰ ਸਹੁੰ ਰੱਬ ਦੀ ਜਿਹਨੂੰ ਯਾਰ ਮਨਾਉਣ ਦਾ ਚੱਜ ਹੋਵੇ ਕਹਿੰਦੇ ਨੇ ਕਈਆਂ ਨੂੰ ਗੁੱਸੇ ਵਾਲਾ ਯਾਰ ਨਹੀਂ ਮਨਾਇਆ ਜਾ ਸਕਦੇ ਯਾਰ ਗੁੱਸੇ ਹੋ ਜਾਵੇ ਮਨਾਉਣਾ ਹੀ ਨਹੀਂ ਆਉਂਦਾ ਫਿਰ ਮੈਂ ਇੱਕੋ ਗੱਲ ਆਖਾਂਗਾ ਕਿ ਗੁੱਸੇ ਹੋਣਾ ਵੀ ਸਿੱਖੋ ਅਤੇ ਯਾਰ ਨੂੰ ਮਨਾਉਣਾ ਵੀ ਸਿੱਖੋ ਜਿਹਦਾ ਯਾਰ ਨਹੀਂ ਰੁੱਸਦਾ ਉਹਨੂੰ ਸਹੁੰ ਰੱਬ ਦੀ ਬਾਬਾ ਜੀ ਜਿਹਨੂੰ ਯਾਰ ਮਨਾਉਣ ਦਾ ਚੱਜ ਹੋਵੇ ਉਹ ਕਈ ਮੱਕੇ ਕਾਸ਼ੀ ਜਾ ਆਉਂਦੇ ਕਈ ਡੰਨ ਵਿਚਾਰੇ ਮੜੀਆਂ ਤੋਂ ਫਿਰ ਨੱਚਣਾ ਵੀ ਇਬਾਦਤ ਬਣ ਜਾਂਦਾ ਹੈ ਪਰ ਜੇ ਨੱਚਣੇ ਦਾ ਚੱਜ ਹੋਵੇ ਜੇ ਬੁੱਲੇ ਸ਼ਾਹ ਵਾਂਗੂ ਚੱਜ ਹੋਵੇ ਨਾ ਫਿਰ ਯਾਰ ਮੰਨਦਾ ਬਾਬੇ ਬੁੱਲੇ ਸ਼ਾਹ ਨੇ ਨੱਚਣਾ ਸਿੱਖਿਆ ਆਪਣੇ ਗੁਰੂ ਲਈ ਪੈਰਾਂ 'ਚ ਝਾਂਜਰਾਂ ਪਾਈਆਂ ਆਪਣੇ ਗੁਰੂ ਲਈ ਜੱਗ ਹੈ ਨਿਸ਼ਾਨਾ ਇਸ਼ਕ ਦਾ ਘਰ ਘਰ ਫਸਾਨਾ ਇਸ਼ਕ ਦਾ ਮੰਜ਼ਿਲ ਹੈ ਗਹਿਰੀ ਇਸ਼ਕ ਦੀ ਵੱਖਰੀ ਕਚਹਿਰੀ ਇਸ਼ਕ ਦੀ ਕਰਦਾ ਕਿਸੇ ਦਾ ਪੱਖ ਨਹੀਂ ਕੁੱਲੀ ਵਿੱਚ ਛੱਡਦਾ ਕੱਖ ਨਹੀਂ ਰੱਖਦਾ ਅਕਲ ਨਾਲ ਵਹਿ ਰਹੇ ਉਹ ਕੁੱਤਿਆਂ ਦੇ ਚੁੰਮਦਾ ਪੈ ਰਹੇ ਚਮੜਾ ਲਹਾਇਆ ਇਸ਼ਕ ਨੇ ਫਿਰ ਬਾਬਾ ਬੁੱਲਾ ਨਚਾਇਆ ਇਸ਼ਕ ਕਹਿੰਦੇ ਨੈਣ ਨੈਣਾਂ ਦੀ ਕਰਨ ਗੁਲਾਮੀ ਹੱਥ ਵਿੱਚ ਕਾਸਾ ਫੜ ਕੇ ਨੈਣ ਜਲੇ ਲੜੇ ਜਦ ਨਾਲ ਪੁੰਨਣ ਦੇ ਸੱਸੀ ਮਰਗੀ ਥਲ ਵਿੱਚ ਸੜਕੇ ਯਾਰ ਯਾਰ ਦੀ ਕਮਲੀ ਚਲੋ ਭਾਈ ਚਲੋ
ਲਗੇ ਸੌਰੇ ਪੇਕੇ ਮੈਨੂੰ ਭੁੱਲ ਗਏ ਸੌਰੇ ਪੇਕੇ ਉਹ ਸੋਹਣੇ ਬਾਬਾ ਗੱਲ ਨਾਲ ਲਾ ਲੈ ਸੋਹਣੇ ਬਾਬਾ ਗੱਲ ਨਾਲ ਲਾ ਲੈ ਉਚੜੀ ਨੂੰ ਕੋਈ ਨਾ ਵੇਖੇ ਓਏ ਕਮਲੀ ਯਾਰ ਦੀ ਕਮਲੀ ਓ ਕਮਲੀ ਯਾਰ ਦੀ ਕਮਲੀ ਓ ਕਮਲੀ ਯਾਰ ਦੀ ਕਮਲੀ ਓ ਕਮਲੀ ਯਾਰ ਦੀ ਕਮਲੀ ਹਜ਼ਾਰ ਰੁਪਏ ਦਾ ਸਨਮਾਨ ਬਾਈ ਜੀ ਜਿਉਂਦੇ ਰਹੋ ਬਾਬਾ ਕੋਈ ਨਹੀਂ ਆਪਾਂ ਕਰ ਲਾਂਗੇ ਗੱਲ ਬਸ ਕੋਈ ਨਹੀਂ ਆਪਾਂ ਆਪਾਂ ਕਰ ਦਾਂਗੇ ਬੈਠ ਕੇ ਕਰ ਲਾਂਗੇ ਬਾਬਾ ਡੋਲੂ ਵਾਲੀ ਸਰਕਾਰ ਪਿੰਡ ਪਟੋਰੀ ਤੋਂ ਇਹ ਸ਼ਮੀ ਮੇਰੇ ਭਾਈ ਸਾਹਿਬ ਹੈ ਇਹਨਾਂ ਦਾ ਵੀ ਪ੍ਰੋਗਰਾਮ ਆ ਰਿਹਾ ਜਿਵੇਂ ਸ਼ਮੀ ਉਹਨੇ ਕਹਿਣਗੇ ਉਦਾਂ ਹੋ ਜਾਊਗਾ ਦੌੜ ਦੇ ਦੌੜ ਦੇ ਬਾਪੂ ਜੀ ਜਿਹਨੂੰ ਲੱਭਦੇ ਸਾਂ ਉਹ ਲੱਭਿਆ ਨਾ ਲੱਭਦੇ ਸਾਂ ਉਹ ਲੱਭਿਆ ਨਾ ਜੇ ਲੱਭਿਆ ਤਾਂ ਆਪ ਗਵਾਚ ਗਏ ਲੱਭਿਆ ਤਾਂ ਆਪ ਗਵਾਚ ਗਏ ਜਿਹਨੂੰ ਲੱਭਦੇ ਸਾਂ ਉਹ ਲੱਭਿਆ ਨਾ ਜੇ ਲੱਭਿਆ ਤਾਂ ਆਪ ਗਵਾਚ ਗਏ ਜੇ ਲੱਭਿਆ ਤਾਂ ਆਪ ਗਵਾਚ ਗਏ ਜਿੱਥੇ ਅਗਲ ਵੀ ਦਖਲ ਨਹੀਂ ਦੇ ਸਕਦੀ ਅਗਲ ਵੀ ਦਖਲ ਨਹੀਂ ਦੇ ਸਕਦੀ ਅਸੀਂ ਉੱਥੇ ਅੱਖਾਂ ਨਾਲ ਬੈਠੇ ਦੇ ਡਾਕਟਰ ਨੇ ਤੇ ਮਾਲਕ ਹਮੇਸ਼ਾ ਤਰੱਕੀ ਬਖਸ਼ੇ ਬਾਬਾ
شیر نال جی کوئی گل نہیں مہاراج میں بھائی ہاں انہاں دا میں انہاں دا بھائی ہاں میری بہن ہے بہت سارا سنمان ہے بہت مہربانی ہے ترقی بخشے میرا بھائی بہت تھینک یو پہلا بچھڑ گئے پہلا بچھڑ گئے ایسی لگی نظر زمانے دی اسی ملن تو پہلا بچھڑ گئے اسی ملن تو پہلا بچھڑ گئے او لوک کی بس کے اجڑن دنیا تے بس کے اجڑن دنیا تے لوک کی بس کے اجڑن دنیا تے بس کے اجڑن دنیا تے اسی وسن تو پہلا اجڑ گئے بڑے غور نال بڑی روح دے نال سن دیو فقیراں والو بہت سارا سنمان آ رہا ہے بہت سارا مان آ رہا ہے میں تہ دلوں شکر گزار ہوں موجی بابا جی ترمپور تو آہا موج میں جب آگے قطرے سے دریا کر دیا پڑ گئی جس پہ نظر بندے سے مولا کا کملی یار دی کملی یار دی Thank you very much, Mirbani. You're the one. So do Sanya. ਮਡਾਲੀ ਦਰਬਾਰ ਸਾਈ ਉਮਰੇ ਸ਼ਾ ਜਿਹੜੇ ਮੇਰੇ ਬਹੁਤ ਫੈਨ ਹੈ ਮੈਂ ਉਹਨਾਂ ਦਾ ਫੈਨ ਉਹ ਜਿੱਥੇ ਕਿਤੇ ਪ੍ਰੋਗਰਾਮ ਹੋਵੇ ਨਾ ਉਹ ਪਹਿਲਾਂ ਇਹੀ ਪੁੱਛਦੇ ਆ ਜੇ ਉਹਨਾਂ ਨੂੰ ਬੁਲਾਇਆ ਜਾਵੇ ਉਹ ਕਹਿੰਦੇ ਯਾਰ ਗਾਉਣ ਵਾਲਾ ਕਿਹੜਾ ਜੇ ਦੁਰਕਰ ਗੀਲਾ ਕਹਿੰਦੇ ਫਿਰ ਤਾਂ ਬਹਿ ਜਾ ਬਹਿ ਜਾ ਸੋ ਗੁਪਤਾ ਸਾਹਿਬ ਉਹਨਾਂ ਦੇ ਨਾਂ ਤੇ ਬਹੁਤ ਸਾਰਾ ਮਾਣ ਬਹੁਤ ਸਾਰਾ ਸਨਮਾਨ ਜਿਉਂਦੇ ਰਹੋ ਵੀਰੇ ਬਹੁਤ ਮਿਹਰਬਾਨੀ ਥੈਂਕ ਯੂ جس روپ چرازی یار ہوے روپ چرازی یار ہوے وہ روپ بٹونا پیندا ہے روپ بٹونا پیندا ہے او جس روپ چرازی یار ہوے روپ بٹونا پیندا ہے وہ روپ بٹ پیندا ہے وہ روپ بٹونا پیندا ہے ایتھے بُلے ورگے سید نو بُلے ورگے سید نو نچنا تے گانا پیندا کروں کت
جانا نہیں صرف 5 منٹ ہور میں کہ جی سناونے جانا تو ایتھے آ جاؤ ساری سنگت بڑی روح دے نال بیٹھے ہیں بہت مہربانی ہے میں کہ جی تہاڈی نظر کر رہا ہوں تھینک یو بھائی عشق تیرے نے مینوں کملی کیتا مینوں بھول گئے سارے بیکے فلیکسن لگی ہیں ڈریم پاور کیا بات ہے بھائی جی زوردار تاڑی امت چوہدری زوردار تاڑی بھائی اے دانی سجنا دے نال مینوں بھی بہت سارا مار دیتا ہے انہوں نے مہربانی بھی رہے شکریہ جوندے رہو مالک چڑھدی کلا رکھے میں رو بجدے رہو میں ساری آڈینس بڑی روح دے نال بیٹھے ہو تسی شمی جی ہاں ਤੁਸੀਂ ਇੱਥੇ ਖੜੋ ਇੱਕ ਮਿੰਟ ਮੈਂ ਇੱਕ ਗੱਲ ਕਹਿਣੀ ਚਾਹਣਾ ਮੇਰੇ ਸਾਹਮਣੇ ਰਹੋ ਬਿਲਕੁਲ ਸਾਹ ਰੋਕ ਲਿਓ ਫਕੀਰ ਬੈਠੇ ਨੇ ਜਿਹੜਾ ਛੱਲਾ ਹੈ ਨਾ ਛੱਲਾ ਉਹਨੂੰ ਸਾਰੇ ਕਲਾਕਾਰ ਗਾਉਂਦੇ ਆ ਮੇਰੇ ਨਾਲੋਂ ਵਧੀਆ ਗਾਉਂਦੇ ਪਰ ਅੱਜ ਛੱਲਾ ਮੈਂ ਵੀ ਗਾਉਣਾ ਮੈਂ ਪਰ ਛੱਲੇ ਬਾਰੇ ਪਹਿਲਾਂ ਦੱਸਣਾ ਚਾਹਣਾ ਜਿਹੜਾ ਧਿਆਨ ਦਿਓ ਛੱਲਾ ਕੌਣ ਸੀ ਕਈ ਕਹਿੰਦੇ ਸੋਨੇ ਦਾ ਛੱਲਾ ਬਾਬਾ ਜੀ ਬਿਲਕੁਲ ਸਾਈਡ ਨਹੀਂ ਇੱਥੇ ਤੁਸੀਂ ਸਾਹ ਰੋਕ ਲਓ ਸ਼ਮੀ ਜੀ ਕੋਈ ਕਹਿੰਦਾ ਸੋਨੇ ਦਾ ਛੱਲਾ ਕੋਈ ਕਹਿੰਦਾ ਚਾਂਦੀ ਦਾ ਛੱਲਾ ਕੋਈ ਕਹਿੰਦਾ ਪਿੱਤਲ ਦਾ ਛੱਲਾ ਕੋਈ ਕਹਿੰਦਾ ਤਾਂਬੇ ਦਾ ਛੱਲਾ ਬਾਬਾ ਜੀ ਮੇਰੇ ਵੱਲ ਤੇ ਹਰੀ ਕੇ ਪੱਤਣ ਇੱਕ ਬੇੜੀ ਪੈਂਦੀ ਸੀ 1932 ਦੀ ਗੱਲ ਕਰ ਰਹੇ 32 1932 ਦੇ ਵਿੱਚ ਛੱਲਾ ਰਿਕਾਰਡ ਹੋਇਆ ਜਿਹੜਾ ਤਵਿਆਂ ਤੇ ਹੋਇਆ ਕਈ ਤਵਿਆਂ ਤੇ ਐਡਾ ਵੱਡਾ ਇੰਨੇ ਅੰਤਰੇ ਸੀ ਉਹ
ਹਰੀ ਕੇ ਪੱਤੇ ਨੇ ਇੱਕ ਬੇੜੀ ਪੈਂਦੀ ਹੁੰਦੀ ਸੀ ਜਿਹੜਾ ਬੇੜੀ ਨੂੰ ਚਲਾਉਣ ਵਾਲਾ ਮਲਾ ਸੀ ਨਾ ਉਹਦਾ ਨਾਂ ਸੀ ਜਲਾਲਦੀਨ ਉਰਫ ਜੱਲਾ ਕੀ ਨਾਂ ਸੀ ਜਲਾਲਦੀਨ ਜੱਲਾ ਉਹਦੇ ਘਰੇ ਇੱਕ ਸੋਹਣੇ ਜਿਹੇ ਪੁੱਤਰ ਨੇ ਜਨਮ ਲਿਆ ਓਏ ਮਿੱਤਰੋ ਜਿਹਦਾ ਨਾਮ ਰੱਖਿਆ ਉਹਨੇ ਛੱਲਾ ਉਹ ਛੱਲਾ ਹੈ ਛੱਲਾ ਜਦੋਂ 6 ਸਾਲ ਦਾ ਹੋਇਆ ਹੈਲਥੀ ਸੀ ਖਾਣ ਪੀਣ ਨੂੰ ਬੜਾ ਖੁੱਲਾ ਸੀ ਇੱਕੋ ਪੁੱਤਰ ਸੀ ਇਦਾਂ ਲੱਗਦਾ ਸੀ ਜਿਵੇਂ 10 ਸਾਲ ਦਾ ਹੋਵੇ 6 ਸਾਲ ਦਾ ਛੱਲਾ ਹੋਇਆ ਉਹਦੀ ਮਾਂ ਇਸ ਜਹਾਨ ਤੋਂ ਕੂਚ ਕਰ ਗਈ ਮਾਂ ਮਰ ਗਈ ਜੱਲਾ ਪਿਓ ਤੇ ਛੱਲਾ ਪੁੱਤਰ ਦੋਨੋਂ ਇਕੱਲੇ ਰਹਿ ਗਏ ਜਦੋਂ ਛੱਲਾ 10-12 ਸਾਲ ਦਾ ਹੋਇਆ ਇਦਾਂ ਲੱਗਦਾ ਸੀ ਜਿਵੇਂ 18-20 ਸਾਲ ਦਾ ਹੋ ਜਵਾਨ ਹੋ ਗਿਆ ਛੱਲਾ ਅੱਜ ਸਵੇਰੇ ਸਵੇਰੇ ਕੁਝ ਸਵਾਰੀਆਂ ਆਈਆਂ ਆ ਕੇ ਜੱਲੇ ਨੂੰ ਕਹਿਣ ਲੱਗੀਆਂ ਸਵੇਰ ਦਾ ਟਾਈਮ ਕਹਿੰਦੇ ਜੱਲਿਆ ਸਾਨੂੰ ਦਰਿਆ ਤੋਂ ਪਾਰ ਛੱਡਿਆ ਅਸਾਂ ਬੜਾ ਜ਼ਰੂਰੀ ਜਾਣਾ ਜੱਲਾ ਕਹਿੰਦਾ ਕਹਿੰਦਾ ਮੇਰੀ ਤਬੀਅਤ ਠੀਕ ਨਹੀਂ ਮੈਂ ਬੇੜੀ ਨਹੀਂ ਚਲਾ ਸਕਦਾ ਇਸ ਕਰਕੇ ਮੈਂ ਜਾ ਨਹੀਂ ਸਕਦਾ ਮੈਂ ਬਿਮਾਰ ਹਾਂ ਉਹ ਸਵਾਰੀਆਂ ਕਹਿੰਦੀਆਂ ਜੱਲਿਆ ਜੇ ਤੂੰ ਨਹੀਂ ਬੇੜੀ ਚਲਾ ਸਕਦਾ ਤਾਂ ਆਪਣੇ ਪੁੱਤਰ ਨੂੰ ਭੇਜ ਦੇ ਛੱਲੇ ਨੂੰ ਇਹ ਵੀ ਤਾਂ ਹੁਣ ਜਵਾਨ ਹੈ ਜੱਲਾ ਸੋਚਦਾ ਵੀ ਘਾਹ ਦੇ ਪੁੱਤ ਨੇ ਤਾਂ ਕਾਹੀ ਖੋਤਣਾ ਕਹਿੰਦਾ ਵੈਸੇ ਮੈਂ ਕਦੇ ਇਕੱਲਾ ਭੇਜਿਆ ਨਹੀਂ ਛੱਲਾ ਵੀ ਜਿੱਦ ਕਰਨ ਲੱਗ ਗਿਆ ਬਾਪੂ ਮੈਂ ਇੰਨਾ ਵੀ ਅਣਜਾਣ ਨਹੀਂ ਹਾਂ ਮੈਂ ਚਲਾ ਲੂੰਗਾ ਬੇੜੀ ਓਏ ਦੋਸਤੋ ਮੇਰੀ ਉਹ ਭੈਣੋ ਛੱਲਾ ਬੇੜੀ ਲੈ ਕੇ ਚਲਾ ਤਾਂ ਗਿਆ ਪਰ ਮੁੜ ਕੇ ਵਾਪਸ ਨਹੀਂ ਆਇਆ ਸਟਾਪ ਕਰ ਦੇ ਬੇਟਾ ਮੁੜ ਕੇ ਵਾਪਸ ਨਹੀਂ ਆਇਆ ਛੱਲੇ ਦਾ ਪਿਓ ਜੱਲਾ ਰੋ ਰੋ ਕੇ ਕਮਲਾ ਹੋ ਗਿਆ ਆਪਣੇ ਬਾਲ ਪੁੱਟ ਰਿਹਾ ਸਿਰ ਦੇ ਵਿੱਚ ਰੇਤ ਪਾ ਰਿਹਾ ਫਕੀਰਾਂ ਵਾਲਾ ਹਾਲ ਹੋ ਗਿਆ ਜੱਲੇ ਦਾ ਓਏ ਇਕੱਲਾ ਰਹਿ ਗਿਆ ਪਹਿਲਾਂ ਮਾਂ ਗਈ ਫਿਰ ਪੁੱਤ ਗਿਆ ਅੱਜ ਉਸ ਦਰਿਆ ਦੇ ਕਿਨਾਰੇ ਰੋਂਦਾ ਫਿਰਦਾ ਕਈ ਲੋਕ ਪੁੱਛਦੇ ਆ ਜੱਲਿਆ ਕੀ ਹੋ ਗਿਆ ਤਾਂ ਇਦਾਂ ਦਾ ਹਾਲ ਕਿਉਂ ਬਣਾਇਆ ਜੱਲਾ ਪਤਾ ਕੀ ਕਹਿੰਦਾ ਨਾ ਪੁੱਛੋ ਤਾਂ ਚੰਗੀ ਗੱਲ ਹੈ ਜੇ ਪੁੱਛਦੇ ਹੋ ਤਾਂ ਸੁਣ ਲਓ ਉਹ ਛੱਲਾ ਮੁੜ ਕੇ ਨਹੀਂ ਆਇਆ ਹਾਂ ਛੱਲਾ ਮੁੜ ਕੇ ਨਹੀਂ ਮੁੜ ਕੇ ਜਾਵੋ ਨੀ ਕੋਈ ਮੋੜ ਲਿਆਵਾ ਛੱਲਾ ਨਾਲ ਗਿਆ ਮੇਰੇ ਲੜ ਕੇ ਅੱਲਾਹ ਕਰੇ ਮੁੜਿਆ ਵੇਜ ਸੁਣਾ ਦੇਵਾਂ ਜਾਂ ਕਦਮਾਂ ਧਰ ਕੇ ਹਾਥ ਮਾਂ ਜਾਨ ਕਦਮਾਂ ਵਿੱਚ ਛੱਲਾ ਮੁੜ ਕੇ ਨਹੀਂ ਆਇਆ ਵੇ ਦੀਆਂ ਪਰ ਆਇਆ ਵੇ ਰੋਣਾ ਉਮਰ ਦਪਾਇਆ ਤੇ ਗੱਲ ਸੁਣ ਛੱਡਿਆ
ਛੱਲਾ ਮੁੜ ਕੇ ਨਹੀਂ ਆਇਆ ਹੋਏ ਰੋਣਾ ਉਮਰ ਦਪਾਇਆ ਬੀਤੀ ਹੰਦਨ ਪਰਾਇਆ ਬੇ ਗੱਲ ਸੁਣ ਛੱਲਿਆ ਹੋ ਕਮਾ ਬੇ ਮਾਮਾ ਖੰਡੀਆਂ ਮੈਂ ਲੱਗਿਆ ਛੱਲਾ ਜਰਾ ਰੂਹ ਵਾਲੀ ਤੁਹਾਡੀ ਨਹੀਂ ਨਹੀਂ ਬਾਚ ਸਵਾਦ ਖਰਾਬ ਉਹ ਲਾ ਆ ਰੱਖੀ ਬੇਟੇ ਦੂਜਾ ਗਲ ਸਾਡੇ ਸ਼ਮੀ ਸਾਹਿਬ ਉਹਨਾਂ ਦੀ ਫਰਮਾਇਸ਼ ਆ ਹੈਲੋ ਥੋੜ੍ਹਾ ਅਪ ਕਰ ਬੇਟੇ ਕੀ ਹੋ ਗਿਆ ਘੁੱਟ ਜੇ ਲਈ ਹੈਲੋ ਹੈਲੋ ਰਫੀ ਹਾਂ ਸਾਡੇ ਸ਼ਮੀ ਸਾਹਿਬ ਉਹਨਾਂ ਦੀ ਕਿਸ਼ਵਾਰਸ਼ ਹੈ ਉਹ ਗਾਣਾ ਬੜਾ ਚੱਲ ਰਿਹਾ ਬਾਹਰ ਦੇ ਮੁਲਕਾਂ ਦੇ ਵਿੱਚ ਬਹੁਤ ਲੈ ਕੀਤਾ ਤੁਸੀਂ ਵੀ ਮੇਰੀ ਉਹ ਭੈਣੋ ਧਿਆਨ ਦਿਓ ਸਾਰੇ ਵੀਰ ਸਾਡੇ ਪਿੰਡਾਂ ਦੀ ਗੱਲ ਹੈ ਇੱਕ ਵਾਰੀ ਮੈਂ ਕਿਸੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਨ ਜਾ ਰਿਹਾ ਸੀ 5-7-10 ਬੰਦੇ ਨਾ ਇੱਕ ਬਹੁਤ ਵੱਡੇ ਦਰਖਤ ਨੂੰ ਵੱਢਣ ਲੱਗ ਪਏ ਆ ਜਾਓ ਬਾਬਾ ਜੀ
ਮੈਂ ਉਹਨਾਂ ਨੂੰ ਪੁੱਛਿਆ ਗੱਡੀ ਰੋਕ ਲਈ ਉੱਥੇ ਮੈਂ ਕਿਹਾ ਯਾਰ ਤੁਸੀਂ ਇਹ ਦਰਖਤ ਨੂੰ ਕਿਉਂ ਵੱਢਦੇ ਹੋ ਕਿਹੜਾ ਦਰਖਤ ਹੈ ਕਹਿੰਦੇ ਜੀ ਇਹ ਬੋੜ ਹੈ ਮੈਂ ਕਿਹਾ ਵੀ ਕਿਉਂ ਵੱਢਦੇ ਹੋ ਕਹਿੰਦੇ ਐਵੇਂ ਥਾਂ ਹੀ ਰੋਕੀ ਹੈ ਨੇ ਉਹ ਮੈਂ ਕਿਹਾ ਸਜਣਾ ਪੁਰਾਣੀਆਂ ਚੀਜ਼ਾਂ ਖਤਮ ਨਹੀਂ ਕਰੀਦੀਆਂ ਹੁੰਦੀਆਂ ਇੱਥੇ ਬਾਬੇ ਬੈਠਦੇ ਆ ਕੇ ਉਹ ਆਪਣਾ ਦੁੱਖ ਸੁੱਖ ਕਰਦੇ ਆ ਜ਼ਿੰਦਗੀ ਦਾ ਸਾਰੀ ਬੀਤੀ ਗੱਲ ਜ਼ਿੰਦਗੀ ਦੀ ਸਾਂਝੀ ਕਰਦੇ ਆ ਫਿਰ ਤੂੰ ਇਸ ਬੋੜ ਨੂੰ ਤੁਸੀਂ ਵੱਢ ਕੇ ਵਧੀਆ ਨਹੀਂ ਕੀਤਾ ਮੈਂ ਆ ਕੇ ਇਹੀ ਗੱਲ ਥੋੜ੍ਹੀ ਜਿਹੀ ਹਰਕੀ ਜੀ ਇੱਕੋ ਰੱਖ ਰਵੀ ਤੈਂ ਉਹ ਕਰਤਾ ਯਾਰ ਹੈਲੋ ਹੈਲੋ ਮੈਂ ਆ ਕੇ ਇਹੀ ਗੱਲ ਸ਼ਫੀ ਜਲਵੇੜੇ ਵਾਲੇ ਨੂੰ ਦੱਸੀ ਮੈਂ ਕਿਹਾ ਵੀ ਯਾਰ ਮੈਂ ਇੱਕ ਇੱਦਾਂ ਦਾ ਇੱਕ ਵਾਕਿਆ ਦੇਖਿਆ ਉਹ ਕਹਿੰਦਾ ਭਾਅ ਜੀ ਕਹਿੰਦਾ ਮੈਂ ਤਾਂ ਗਾਣਾ ਬਣਾਉਣਾ ਉਹਨੇ ਕੀ ਲਿਖਿਆ ਅੱਗੇ ਜੇ ਮੰਨ ਲਓ ਵੀ ਉਦਨ ਵਾਲ ਦੀ ਕੋਈ ਲੜਕੀ ਕਾਠਗੜ੍ਹ ਵਿਆਹੀ ਹੈ ਇੱਥੋਂ ਦਾ ਬੰਦਾ ਕੋਈ ਉੱਥੇ ਚਲੇ ਜਾਵੇ ਉਹਨੂੰ ਪਤਾ ਲੱਗ ਜਾਵੇ ਸਾਡੇ ਪਿੰਡ ਦੀ ਕੁੜੀ ਦਾ ਇੱਥੇ ਵਿਆਹ ਹੋਇਆ ਉਹ ਸਪੈਸ਼ਲ ਉਹਨਾਂ ਦੇ ਘਰ ਜਾਊਗਾ 10-5-20 ਜਿੰਨੇ ਸਰਦਾ ਦੇ ਕੇ ਆਊਗਾ ਕਿਉਂਕਿ ਇਹ ਸਤਿਕਾਰ ਹੈ ਪਿੰਡਾਂ ਦਾ ਉਹ ਸਾਰੀਆਂ ਗੱਲਾਂ ਨਿੱਕਾ ਜਿਹਾ ਸਾਧੂ ਮੁੱਖੋ ਰਾਮ ਰਾਮ ਬੋਲਦਾ ਮੈਂ ਰਾਜਾ ਸਾਹਿਬ ਬਾਰੇ ਇੱਕ ਬਹੁਤ ਵਧੀਆ ਚੀਜ਼ ਗਾਈ ਸੀ ਰਾਜਾ ਨਾਭ ਕਮਲ ਸਾਹਿਬ ਉਹ ਵੀ ਸੁਣਾਵਾਂਗਾ ਅੱਜ ਬਾਬਾ ਜੀ ਨੂੰ ਦੇਖ ਕੇ ਮੈਨੂੰ ਯਾਦ ਆ ਗਈ ਉਹ ਗੱਲ ਸੋ ਸ਼ਫੀ ਨੇ ਬਾ ਕਮਾਲ ਲਿਖਿਆ ਉਹ ਕਹਿੰਦਾ ਸਭ ਦੀ ਸਾਂਝੀ ਇੱਜ਼ਤ ਹੁੰਦੀਆਂ ਧੀਆਂ ਪਿੰਡ ਦੀਆਂ ਜਿਹੜੀਆਂ ਪਿੰਡ ਦੀਆਂ ਗਲੀਆਂ ਨਾ ਉਹ ਚਾਹੇ ਕਿੰਨੀਆਂ ਖੂਬਸੂਰਤ ਹੋਣ ਜੇ ਉਹਨਾਂ ਦੇ ਵਿੱਚ ਬੱਚੇ ਨਹੀਂ ਖੇਡਦੇ ਉਹ ਚੰਗੀਆਂ ਨਹੀਂ ਲੱਗਦੀਆਂ ਸਭ ਦੀ ਸਾਂਝੀ ਇੱਜ਼ਤ ਹੁੰਦੀਆਂ ਧੀਆਂ ਪਿੰਡ ਦੀਆਂ ਇਹਨਾਂ ਬੱਚਿਆਂ ਦੇ ਨਾਲ ਸੋਹਦੀਆਂ ਲੋਕੋ ਬੀਹਾਂ ਪਿੰਡ ਦੀਆਂ ਵਧੇ ਫੁੱਲੇ ਪਿੰਡ ਸਾਡਾ ਰੱਬ ਤੋਂ ਮੰਗਦੀਆਂ ਬੁੱਢੀਆਂ ਮਾਵਾਂ ਪਿੰਡਾਂ ਦੀ ਰੌਣਕ ਹੁੰਦੇ ਨੇ ਸੱਥ ਬਾਬੇ ਬੋੜ ਦੀਆਂ ਛਾਵਾਂ ਲੋ ਗਾ ਰਹੇ ਹਾਂ ਧਿਆਨ ਦਿਓ ਹੋ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਦਹੂ ਪੰਜਾਬੀਆਂ ਦਾ ਯਾਰੀ ਇਹਨਾਂ ਦੇ ਨਾਲ ਦੀ ਨਹੀਂ ਦਿੱਠੀ ਵੈਰ ਵੀ ਮੰਨਣਾ ਹੀ ਪਊ ਪੰਜਾਬੀਆਂ ਦਾ ਜੱਗੋਂ ਵਾਰੀਆਂ ਪੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਹਿਚਾਣ ਬਣਾ ਲੈਂਦੇ ਦੇਵੀ ਪੇਟ ਲਈ ਜਿੱਥੇ ਵੀ ਬਹਿਣ ਜਾ ਕੇ ਬਈ ਟੌਰ ਵੱਖਰਾ ਹੀ ਰਹੂ ਪੰਜਾਬੀਆਂ ਪੰਜਾਬੀ ਜੇ ਕਿਸੇ ਤੱਕ ਉਹ ਭੀੜ ਪੈ ਜਾਵੇ ਨਾ ਸਭ ਤੋਂ ਅੱਗੇ ਇਹ ਹੁੰਦੇ ਆ ਲਓ ਉਹ ਗਾਣਾ ਗੁਪਤਾ ਸਾਹਿਬ ਬਾਬਾ ਜੀ ਦੋ ਕੁ ਲਾਈਨਾਂ ਸੁਣ ਜਾਓ ਮੇਰੇ ਗਾਣੇ ਦੀ ਆ ਜਾਓ ਉਰੇ ਆ ਜਾਓ ਹੋ ਸਭ ਦੀ ਸਾਂਝੀ ਇੱਜ਼ਤ ਹੁੰਦੀਆਂ ਧੀਆਂ ਪਿੰਡ ਦੀਆਂ ਇਹਨਾਂ ਬੱਚਿਆਂ ਦੇ ਨਾਲ ਸੋਹਦੀਆਂ ਲੋਕ ਬੀਹਾਂ ਪਿੰਡ ਦੀਆਂ ਚੇਲਾ ਬਣਾ ਲੈਣਾ
رانجے بان سجا کے आशीर्वाद अपने बच्चे नूं बहुत मेहरबानी है ओ तो का इश्क च खा बैठियां वी तो इश्क च खा बैठियां ओ जित गए नसीब चंद्रे भैया लब के गवा बैठियां भैया लब के गवा شکے چکھا بیٹھے آوی تو کا عشق چکھا بیٹھے آوی جت گئے نصیب چندرے نصیب چندرے بھئی یار لب کے گواہ بیٹھے آوی لب کے گواہ بیٹھے آوی یار راتاں دی پرائی ہوئی ہے بھئی نی راتاں دی پرائی ہوئی ہے راتاں دی پرائی ہوئی ہے بھئی نی راتاں دی پرائی ہوئی ہے وہ روح نال سجنا نے وہ کوٹلی دے ستے ساٹھ دل اتے لائی ہوئی ہے بھئی ساٹھ ਕੋਟਲੀ ਦੇ ਸੱਤੇ ਸੱਤ ਦਿਲ ਉੱਤੇ ਲਾਈ ਹੋਈਆ ਲਈ ਸੱਤ ਤੇਰੇ ਉੱਤੇ ਲਾਈ ਹੋਈਆ ਜੀ ਸੱਤ ਤੇਰੇ ਉੱਤੇ ਲਾਈ ਹੋਈਆ ਜੀ ਸੱਤ ਦਿਲ ਉੱਤੇ ਲਾਈ ਹੋਈ ਹੁਣ
ایک چیز بابا بالکنا جی دی کہہ کے ماتا دی پیٹ بٹ ٹھیک ہے کوئی چیز ہے سارا او دے نام دی مایا ماتا دی پیٹ بھی ضرور گا دینے ایک ساڈے پائی صاحب دی فرمائش ہے جی داتی سب دا بھلا کری آ جا بیٹے پہلے کالے تو آ جا جکارا شہراں والی دا جیڑا جکارا نہ بلاوے اونوں سوں لگے اے نہیں دسنا وی کادی بول ساچے دربار کی میں اس ماں دے چرناں چ دعا بینتی ارداس کردا اکو ہی کہ جنے بھی ماں دے دربار تے آئے آ انہاں ناتھاں دے دربار تے آئے ہیں انہاں سارے لئی میں ایک ہی گل کہاں گا کہ وس دے رہن وس دے رہن وس دے رہن چوارے ہے سب دے چوارے ہے سب دے بے راضی رہ بے راضی رہ سہارے دشمن تو بھی دور ہمیشہ آؤں دی ماری بلا کری دادی سب دا بلا کری میں اپنی بہنوں نو ہاتھ جوڑ کے بینتی کراں گا سارے بھیراں نو کہ اپا سربت دا بھلا منگن لگے ہیں سارے جنے میرے نال گاؤ نالے تاڑی بجاؤ کی کہنا داتی سب دا بھلا کری داتی سب جڑا سب دا بھلا منگدا نا او دا اپنے آپ ہی ہو جاندا وستے رہن جوارے سب دے جے جے وا جے جے وا جے جے وا راضی رہن سہارے سب دے جے جے وا جے جے وا جے جے وا او وستے رہن جوارے سب دے راضی رہن سہارے سب دے دشمن تو بھی دور ہمیشہ دشمن تو بھی دور ہمیشہ اودی ماری بلا کری خدا دی کرانگا ساڑھے شمیس ترپان صاحب بھائی سندیب جی
ਉਹ ਜਿੱਥੇ ਮੇਰੀ ਆਵਾਜ਼ ਸੁਣਦੇ ਆ ਸਟੇਜ ਤੇ ਹੋਣ ਉਹ ਕਿਸ ਤੋਂ ਬਾਅਦ ਆਪਾਂ ਸਵਾਗਤੀ ਕਰਦੇ ਆ ਮੇਰੇ ਤੋਂ ਬਾਅਦ ਜੇ ਕੋਈ ਟੀਮ ਗਾਉਣ ਵਾਲੀ ਹੈਗੀ ਆ ਤਾਂ ਸਟੇਜ ਤੇ ਆ ਜਾਵੇ ਵੈਲਕਮ ਤੇ ਨਹੀਂ ਤਾਂ ਮੈਂ ਹੀ ਸ਼ੁਰੂ ਤੇ ਦੁਬਾਰਾ ਕਰ ਦਿੰਦਾ ਸਾਡਾ ਦਿਨੇਸ਼ ਭਾਈ ਇਧਰੋਂ ਚਲਾ ਹੀ ਨਾ ਰਹਿਣ ਦੇ ਚਲਾ ਯਾਰ ਇਹ ਮੁੰਡਾ ਤਕਰੀਬਨ 15 ਸਾਲ ਤੋਂ ਮੇਰੇ ਨਾਲ ਐਕਟੋਪੈਡ ਵਜਾ ਰਿਹਾ ਬਹੁਤ ਨਾਈਸ ਵੈਰੀ ਨਾਈਸ ਪਰਸਨ ਮੇਰਾ ਭਾਈ ਹਲੋ ਨੰਨੂ ਇਹ ਇਹਨੇ ਇਸ ਪ੍ਰੋਗਰਾਮ ਬਾਰੇ ਬਹੁਤ ਜ਼ੋਰ ਲਾਇਆ ਕਹਿੰਦਾ ਭਾਜੀ ਤੁਸੀਂ ਕਰੋ ਪੈਸੇ ਪੂਸੇ ਘਟਾ ਲਓ ਕਹਿੰਦਾ ਮੈਨੂੰ ਇੱਕੋ ਗੱਲ ਕਹੀ ਮੈਂ ਕਿਹਾ ਸੱਜਣਾ ਸ਼ਮੀ ਸਰਪੰਚ ਸਾਹਿਬ ਜਦੋਂ ਮੇਰੇ ਘਰੇ ਗਏ ਮੈਂ ਕਿਹਾ ਬਾਈ ਜੀ ਮੈਂ ਦਿਨੇਸ਼ ਕਰਕੇ ਇੱਕੋ ਗੱਲ ਕਹਿ ਸਕਦਾ ਜੇ ਜੋ ਤੁਸੀਂ ਲਿਫਾਫੇ 'ਚ ਬੰਦ ਕਰਕੇ ਦੇ ਤਾ ਮੈਂ ਉਹੀ ਲੈ ਕੇ ਆਉਂਦਾ ਹੁਣ ਇਹਨੂੰ ਪਤਾ ਵੀ ਕੀ ਦੇਣਾ ਨਹੀਂ ਦੇਣਾ ਕਿ 2025 'ਚ ਦੇਣਾ ਤਾਂ ਵੀ ਹੋਊਗਾ ਉਹ ਦਾਤੀ ਸਭ ਦਾ ਭਲਾ ਕਰੀ ਬਾਬਾ ਮਸਤਰਾਮ ਜੀ ਉਹਨਾਂ ਦੇ ਨਾਂ ਦੀ ਇੱਕ ਭੇਟ ਸੁਣਾਵਾਂ ਬਹੁਤ ਸਾਰਾ ਮਾਣ ਸਾਡੇ ਬਾਬਾ ਜੀ ਉਹਨਾਂ ਦੇ ਨਾਮ ਦੇ ਨਾਂ 'ਤੇ ਮਾਣ ਹੈ ਬਹੁਤ ਮਿਹਰਬਾਨੀ ਸਵਾ ਤਿੰਨ ਘੰਟੇ ਤਕਰੀਬਨ ਕੰਟੀਨਿਊ ਫਿਰ ਸਹੀ ਆਪਾਂ ਕਿਉਂਕਿ ਮੈਂ ਇੱਕ ਗੱਲ ਆਖਾਂ ਇਉਂ ਵਸਦੇ ਹੋ ਮੇਰੀ ਯਾਦ ਅੰਦਰ ਜਿਵੇਂ ਫੁੱਲਾਂ ਵਿੱਚ ਮਹਿਕ ਸਮਾਈ ਹੋਵੇ ਬੀਤੇ ਬਰੇ ਨੂੰ ਦੋਸਤੋਂ ਭੁੱਲ ਜਾਂ ਜਿਵੇਂ ਸੁਪਨਿਆਂ ਵਿੱਚ ਰਾਤ ਲੰਘਾਈ ਹੋਵੇ ਤੁਸੀਂ ਬਦੋ ਫੁੱਲੋ ਕੌੜੀ ਵੇਲ ਮੰਗਰਾਂ ਉਮਰ ਸੈਂਕੜੇ ਸਾਲ ਲਿਖਾਈ ਹੋਵੇ ਦੁਰਗਾ ਰੰਗੀਲਾ ਅਤੇ ਸ਼ੰਮੀ ਸਰਪੰਚ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਇੰਨੀ ਸੇਵਾ ਕਬੂਲ ਕਰਿਓ ਜਦੋਂ ਸ਼ੰਮੀ ਭਾਅ ਜੀ ਫਿਰ ਕਿਤੇ ਸਾਨੂੰ ਮੌਕਾ ਦੇਣਗੇ ਸੇਵਾ ਦਾ ਅਤੇ ਦੁਰਗਾ ਰੰਗੀਲਾ ਇਹਨਾਂ ਦਾ ਭਰਾ ਏ ਮੈਂ ਇੱਕੋ ਗੱਲ ਆਖਾਂਗਾ ਕਿ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਉਹਦਾ ਜੀ ਸਦਕੇ ਦਿਨ ਰਾਤ ਆਓ ਪ੍ਰੋਗਰਾਮ ਵਾਸਤੇ ਫੋਨ ਹੀ ਕਰਦੇ ਹੋ ਇੰਨੇ ਹੀ ਬਹੁਤ
ਕਿਸੇ ਦੀ ਸ਼ਾਂਤੋ ਕਲਾਬ ਉੱਚਾ ਨੀਮਾ ਲਾਵਜ਼ ਮੇਰੀਆਂ ਭੈਣਾਂ ਮੇਰੇ ਵੀਰ ਬੜੇ ਆਦਰ ਨਾਲ ਜੁੜੇ ਬੈਠੇ ਆ ਬਹੁਤ ਮਿਹਰਬਾਨੀਆਂ ਚਾਹੁੰਦੇ ਰਹੋ ਤੁਸੀਂ ਸਾਰਿਆਂ ਨੇ ਮੈਨੂੰ ਬੜਾ ਮਾਣ ਬਖਸ਼ਿਆ ਬੜਾ ਸਨਮਾਨ ਬਖਸ਼ਿਆ ਕਿਸੇ ਦੀ ਵੀ ਸ਼ਾਂਤੋ ਕਲਾਬ ਕਿਤੇ ਛੋਟਾ ਲਫ਼ਜ਼ ਕਹਿ ਹੋ ਗਿਆ ਹੋਵੇ ਤਾਂ ਮਾਫ ਕਰ ਦਿਓ ਥੈਂਕ ਯੂ ਮਿਹਰਬਾਨੀ ਬਹੁਤ ਸਾਚੇ ਦਰਬਾਰ ਕਿਉਂਕਿ ਨਾਥੋ ਕੇ ਦਰਬਾਰ ਮੇ ਦੁੱਖ ਦਰਦ ਮਟਾਏ ਜਾਤੇ ਹੈ ਜਮਾਨੇ ਕੇ ਸਤਾਏ ਲੋਕ ਯਹਾਂ ਸੀਨੇ ਸੇ ਲਗਾਏ ਜਾਤੇ ਹੈ ਜਿਨ ਪੇ ਨਜ਼ਰੇ ਅਨਾਇਤ ਹੋਤੀ ਹੈ ਐਸੇ ਦਰਬਾਰੋਂ ਕੀ ਵਹੀ ਇਸ ਦਰਬਾਰ ਮੇ ਬੁਲਾਏ ਜਾਤੇ ਹੈ ਸੋ ਦੁਰਗਾ ਰੰਗੀਲਾ ਨੂੰ ਨਾਥਾ ਦੇ ਦਰਬਾਰ 'ਤੇ ਬੁਲਾਇਆ ਕਿ ਦਿਨ ਨਿਕਲਾ ਹੈ ਤੋ ਰਾਤ ਵੀ ਹੋਗੀ ਗਟਾ ਛਾਈ ਹੈ ਤੋ ਬਰਸਾਤ ਵੀ ਹੋਗੀ ਮਤ ਘਬਰਾਨਾ ਕਿਰਪਾ ਸੇ ਪਿਆਰ ਕਰਨ ਵਾਲੋ ਇਹ ਦੋਸਤੋ ਰਹੀ ਤੁਹਾਰੀ ਹਮਾਰੀ ਜ਼ਿੰਦਗੀ ਫਿਰ ਇਹੀ ਨਾ ਕਹੀ ਮੁਲਾਕਾਤ ਵੀ ਹੋਗੀ ਸੋ ਸਾਰਿਆਂ ਨੂੰ ਜੈ ਨਾਥਾ ਦੀ
माता जी ने लिया एक मिनट लेना भाई संजू माता जी बैठे सामने एक मिनट धन धन सतगुरु समाधान है महाराज जी धन धन बाबा दुर्दपुरी सो बाबा जी चरणपुरी जी महाराज ने कृपा करी है सारे संगतां ते साढ़े रघुवीर भाजी होनी सो चंडीगढ़ कैब वाला सो जिथे पीर का मेला है 14 जनवरी सो जनाब गुरु घर गेला जी उस तरह हाजिर करके रात का प्रोग्राम है 14 जनवरी सो साडे मौजी बाबा जी ने पहुँच रहे सारे फकीर पहुँच रहे उत्थे भी 14 जनवरी सो मेरा धन्यवाद करते बहुत सारा सो आशीर्वाद भी है भाजी ने सो बाबा जी की समाधि के लिए सेवा भी की है ਸਾਡੇ ਭਾਜੀ ਨੇ ਸੋ 7000 ਇੱਟ ਵੀ ਸਮਾਧੀ ਦੇ ਲਈ ਭੇਜੀ ਸੀ ਦਿਲੋਂ ਧੰਨਵਾਦ ਕਰਦੇ ਸਾਡੇ ਰਘਵੀਰ ਭਾਜੀ ਹੁਣੀ ਸੋ ਮਹਾਰਾਜ ਬਾਹਰ ਕਿਰਪਾ ਬਣਾਈ ਰੱਖਣ ਸਾਡੇ ਚਾਚਾ ਗੁਰਮੀਤ ਜੀ ਸੋ ਜਿਹਨਾਂ ਨੇ ਰੋਡ ਦੀ ਸੇਵਾ ਕੀਤੀ ਹੈ ਬਾਬਾ ਜੀਆਂ ਦੇ ਸੋ ਮਾਲਕ ਖਜ਼ਾਨੇ ਭਰਪੂਰ ਰੱਖੇ ਚਾਚਾ ਗੁਰਮੀਤ ਜੀ ਲੁਧਿਆਣਾ ਸੋ ਡੈਰੀ ਸੋ ਬਾਬਾ ਜੀ ਬਾਹਰ ਕਿਰਪਾ ਬਣਾਈ ਰੱਖਣ ਸੋ ਸਾਡੇ ਚਾਚਾ ਗੁਰਮੀਤ ਜੀ ਜਿਹਨਾਂ ਨੇ ਸੋ ਰੋਡ ਦੀ ਸੇਵਾ ਕਰੀਏ ਬਾਬਾ ਜੀਆਂ ਦੀ ਸੋ ਮਾਲਕ ਅਪਾਰ ਕਿਰਪਾ ਬਣਾਈ ਰੱਖੀ ਸੋ ਧੰਨ ਧੰਨ ਮਾਂ ਪੂਰਮੀ ਦੇਵੀ ਜੀ ਸੋ ਜਿਹਨਾਂ ਦੀ ਕੁੱਖੋਂ ਸੋ ਫਕੀਰ ਸਾਈਂ ਬਾਬਾ ਸ਼ੇਰਨਾਥ ਮਹਾਰਾਜ ਨੇ ਜਨਮ ਲਿਆ ਸੋ ਧੰਨ ਧੰਨ ਸਤਿਗੁਰ ਸਮਾਧਾਨੀ ਮਹਾਰਾਜ ਇਹਨਾਂ ਨੂੰ ਸਨਮਾਨ ਚਿੰਨ੍ਹ ਬਾਬਾ ਜੀਆਂ ਨੂੰ ਦਿੱਤਾ ਸੋ ਮਾਂ ਪੂਰਮੀ ਦੇਵੀ ਜੀ ਧੰਨ ਧੰਨ ਬਾਬਾ ਸ਼ੇਰਨਾਥ ਮਹਾਰਾਜ ਨੇ ਪੂਜਨਿਕ ਮਾਤਾ ਜੀ ਸੋ ਧੰਨ ਧੰਨ ਸਤਿਗੁਰ ਸਮਾਧਾਨੀ ਮਹਾਰਾਜ ਸੋ ਜਿਹਨਾਂ ਨੇ ਬੜੀ ਕਿਰਪਾ ਕਰੀ ਹੈ ਸਾਰੀਆਂ ਸੰਗਤਾਂ ਤੇ ਸਾਡੇ ਮੋਨੂ ਭਾਜੀ ਉਹਨਾਂ ਦਾ ਸਨਮਾਨ ਅੱਜ ਫੜਾ ਦੋ ਸਨਮਾਨ ਜੀ ਪਿੱਛੇ ਫੜਾ ਦੋ ਭਾਜੀ ਨੂੰ ਪਿੱਛੇ ਮਾਸਟਰ ਜੀ ਨੂੰ ਭਾਜੀ ਇੱਕ ਮਿੰਟ ਬੈਠਣਾ ਮਹਾਰਾਜ ਬਸ ਇੱਕ ਮਿੰਟ ਸਾਡੇ ਮੋਨੂ ਭਾਜੀ ਹੋਣ ਮਾਤਾ ਨਾਲ ਖੜਾ ਦੇ ਨਾਲ ਖੜਾ ਦੇ ਕਰੋ ਮਾਤਾ ਉਹਨਾਂ ਸਾਡੇ ਬਾਬਾ ਬਾਲਾਨਾਥ ਜੀ ਮਹਾਰਾਜ ਸੋ ਉਹਨਾਂ ਨੂੰ ਸਨਮਾਨ ਚਿੰਨ੍ਹ ਦੇਣਾ ਸਾਡੇ ਸੇਵਾਦਾਰਾਂ ਨੇ ਸਾਡੇ ਰਘਵੀਰ ਭਾਜੀ ਮਾਂ ਪੂਰਨੀ ਦੇਵੀ ਜੀ ਸੋ ਧੰਨ ਧੰਨ ਬਾਬਾ ਬਾਲਾਨਾਥ ਮਹਾਰਾਜ ਜੀ ਬਾਬਾ ਜੀ ਆਏ ਵੀ ਬੜੀ ਦੂਰੋਂ ਹੈ ਮੈਂ ਤਾਂ ਸ਼ਹਿਰ ਦਾ ਨਾਂ ਹੀ ਭੁੱਲ ਗਿਆ ਮਰਾੜਾ ਤੋਂ ਆਏ ਮਰਾੜਾ ਦੀਨਾ ਨਗਰ ਮਰਾੜਾ ਤੋਂ ਆਏ ਹੈ ਸੋ ਬੜੀ ਦੂਰ ਤੋਂ ਚੱਲ ਕੇ ਅੰਮ੍ਰਿਤਸਰ ਦੇ ਕੋਲੋਂ ਆਏ ਬਾਬਾ ਜੀ ਸੋ ਮਾਲਕ ਬਾਹਰ ਕਿਰਪਾ ਬਣਾਈ ਰੱਖਣ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਤੇ ਬਾਬਾ ਵਿਨੋਦ ਨਾਥ ਮਹਾਰਾਜ ਜੀ ਸਾਡੇ ਬਾਬਾ ਵਿਨੋਦ ਨਾਥ ਮਹਾਰਾਜ ਸੋ ਜਿਹੜੇ ਬਹੁਤ ਆਸ਼ੀਰਵਾਦ ਦਿੰਦੇ ਹੈ ਸੋ ਸਾਰੀਆਂ ਸੰਗਤਾਂ ਨੂੰ ਬਾਬਾ ਵਿਨੋਦ ਨਾਥ ਮਹਾਰਾਜ ਜੀ ਸੋ ਧੰਨ ਮਾਂ ਪੂਰਨੀ ਦੇਵੀ ਜੀ ਸੋ ਧੰਨ ਧੰਨ ਮੇਰੀ ਬੜੀ ਵਾਲੀ ਸਰਕਾਰ ਸਾਡੇ ਬਾਬਾ ਜੀ ਸੋ ਉਹਨਾਂ ਦਾ ਸਨਮਾਨ ਦੇ ਸਾਰੇ ਸਰਪੰਚ ਸਾਹਿਬ ਨਾਲ ਹੋ ਗਏ ਬਾਬਾ ਜੀ ਸੋ ਧੰਨ ਧੰਨ ਮੇਰੀ ਬੜੀ ਵਾਲੀ ਸਰਕਾਰ ਧੰਨ ਧੰਨ ਧਾਮ ਲੰਬੂਆਂ ਸੋ ਬੜੀ ਵਾਲੀ ਸਰਕਾਰ ਸੋ ਇਸੇ ਤਰ੍ਹਾਂ ਸਾਡੇ ਮੌਜੀ ਬਾਬਾ ਜੀ ਆਓ ਮੌਜੀ ਬਾਬਾ ਜੀ ਨਾਲ ਆਏ ਆਏ ਸੋ ਧਰਮਪੁਰ ਤੋਂ ਸਾਡੇ ਬਾਬਾ ਜੀ ਬੜੀ ਅਪਾਰ ਕਿਰਪਾ ਕਰਦੇ ਆ ਸੋ ਸਾਰੀ ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਹਮੇਸ਼ਾ ਹੀ ਸਾਡੇ ਇੱਕ ਬੁਲਾਵੇ ਤੇ ਸੋ ਮਾਂ ਪੂਰਨੀ ਦੇਵੀ ਜੀ ਸੋ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਤੇ ਫਕੀਰਾਂ ਦਾ ਆਸ਼ੀਰਵਾਦ ਬਣਿਆ ਰਹੇ ਮਾਲਕ ਅਪਾਰ ਕਿਰਪਾ ਬਣਾਈ ਰੱਖੇ ਮੌਜੀ ਬਾਬਾ ਸੋ ਸਾਡੇ ਮੌਜੀ ਬਾਬਾ ਜੀ ਧਰਮਪੁਰ ਵਾਲੇ ਸੋ ਜਿਹਨਾਂ ਦੀ ਬੜੀ ਅਪਾਰ ਕਿਰਪਾ ਹੈ ਸੋ ਮਾਲਕ ਦੇ ਚਰਨਾਂ 'ਚ ਹਾਜ਼ਰੀ ਲਗਾਉਣਾ ਹੈ ਸਾਰੇ ਫਕੀਰ ਸੋ ਮਾਲਕ ਇਸੇ ਤਰ੍ਹਾਂ ਇਹਨਾਂ ਫਕੀਰਾਂ ਦਾ ਆਸ਼ੀਰਵਾਦ ਬਣਿਆ ਰਹੇ ਸਾਰੀਆਂ ਸੰਗਤਾਂ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਏ ਬਾਬਾ ਜੀ ਸਾਡੇ ਸਮਰਾਲੇ ਤੋਂ ਰਮੇਸ਼ ਠੇਕੇਦਾਰ ਜੀ ਜਿੱਥੇ ਵਾਸ ਹੁੰਦੇ ਉਹਨਾਂ ਨੇ ਵੀ ਇੱਕ ਮਿੰਟ ਲਈ ਆਉਣਾ ਸਟੇਜ 'ਤੇ ਸਮਰਾਲੇ ਵਾਲੇ ਸਾਡੇ ਭੈਣ ਉਹਨੀ ਅਤੇ ਰਮੇਸ਼ ਠੇਕੇਦਾਰ ਜੀ ਅਤੇ ਆਪਣੇ ਦਰਾਹੇ ਤੋਂ ਸਾਡੇ ਮਾਤਾ ਜੀ ਆ ਜੋ ਮਾਤਾ ਜਿਹਨਾਂ ਨੇ ਬੜੀ ਸੇਵਾ ਕਰੀ ਹੈ ਦਰਬਾਰ ਦੀ ਸੋ ਦਰਾਹੇ ਤੋਂ ਸਾਡੇ ਮਾਤਾ ਜੀ ਨੇ ਮਾਤਾ ਚਰਨਜੀਤ ਕੌਰ ਜੀ ਸਾਡੇ ਅੰਕਲ ਜੀ ਕਰਨੈਲ ਜੀ ਆਓ ਮਾੜਾ ਜਿਹਾ
ਜਿਨ੍ਹਾਂ ਨੇ ਬੜੀ ਸੇਵਾ ਕਰੀ ਦਰਬਾਰ ਦੀ ਆ ਜਾ ਇੱਕ ਵਾਰੀ ਆ ਜਾ ਆ ਜਾ ਆ ਜਾ ਮਾਤਾ ਆ ਜਾ ਸਾਡੇ ਰਮੇਸ਼ ਠੇਕੇਦਾਰ ਜੀ ਸਮਰਾਲੇ ਵਾਲੇ ਜਿੱਥੇ ਵੀ ਆਵਾਜ਼ ਸੁਣਦੇ ਹੋਣੇ ਉੱਥੇ ਦੇ ਹਜੇ ਜ਼ਰੂਰ ਪਹੁੰਚ ਜਾਣਾ ਇੱਕ ਮਿੰਟ ਲਈ ਸਟੇਜ ਤੇ ਬੜੀ ਕਿਰਪਾ ਕਰੀਏ ਇੱਕ ਫੋਨ ਤੇ ਸੋ ਮਾਰ ਬਾਬਾ ਜੀ ਇੱਕ ਮਿੰਟ ਬਸ ਤੇ ਰਾਤ ਨੂੰ ਵੀ ਇਸੇ ਤਰ੍ਹਾਂ ਮਾਲਕਾਂ ਨੇ ਕਿਰਪਾ ਕਰ ਦੇਣੀ ਹੈ ਸੋ ਬਹੁਤ ਹੀ ਬੁਲੰਦ ਆਵਾਜ਼ ਜੱਸਾ ਫਤਿਹਪੁਰੀਆ ਜਿਹੜੇ ਸਹੀ 8 ਵਜੇ ਪਹੁੰਚ ਕੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲਗਾਉਣਗੇ ਸੋ ਸਾਰਿਆਂ ਨੇ ਸਮੇਂ ਦੇ ਨਾਲ ਪਹੁੰਚ ਕੇ ਮਾਲਕ ਦੇ ਚਰਨਾਂ 'ਚ ਹਾਜ਼ਰੀ ਲਗਾਉਣੀ ਹੈ ਸਾਡੇ ਮਾਮਾ ਜੀ ਸਰਬਜੀਤ ਭਾਟੀਆ ਜੀ ਇੱਕ ਮਿੰਟ ਲਈ ਆਉਣਾ ਸੀ ਇੱਕ ਮਿੰਟ ਲਈ ਆ ਜਾਓ ਜਿਹੜੇ ਹਮੇਸ਼ਾ ਹੀ ਸੇਵਾ ਭੇਜਦੇ ਗੁਰੂਆਂ ਦੇ ਦਰਬਾਰ ਦੇ ਲਈ ਅਤੇ ਤਨੋ ਮਨੋ ਮਹਾਰਾਜ ਦੇ ਚਰਨਾਂ ਨਾਲ ਜੁੜੇ ਪਏ ਉਹਨਾਂ ਦਾ ਸਨਮਾਨ ਇੱਕ ਮਿੰਟ ਸਰਪੰਚ ਸਭਾ ਤੇ ਕਰੋ ਮਾਮਾ ਜੀ ਆ ਜਾਓ ਆ ਜਾਓ ਸਾਡੇ ਚਾਚਾ ਗੁਰਮੀਤ ਜੀ ਮਾਮਾ ਜੀ ਸਰਬਜੀਤ ਭਾਟੀਆ ਜੀ ਜਿਹੜੇ ਗੁਰੂਆਂ ਦੇ ਚਰਨਾਂ 'ਚ ਜੁੜੇ ਹੋਏ ਬਾਬਾ ਵੀਰਨਾਥ ਮਹਾਰਾਜ ਦੀ ਸ਼ੇਰਨਾਥ ਮਹਾਰਾਜ ਦੀ ਪਾਰ ਕਿਰਪਾ ਇਸੇ ਤਰ੍ਹਾਂ ਮਾਲਕ ਅਪਾਰ ਕਿਰਪਾ ਬਣਾਈ ਰੱਖੀ ਬੋਲੋ ਸੱਚੇ ਦਰਬਾਰ ਕੀ ਤੇ ਨਾਲ ਬੇਨਤੀ ਹੈ ਜਿਹਨਾਂ ਨੇ ਲੰਗਰ ਨਹੀਂ ਛਕਿਆ ਨਾਲੇ ਲੰਗਰ ਵੀ ਚੱਲਦਾ ਬਾਬਾ ਜੀ ਦਾ ਲੰਗਰ ਵੀ ਛਕਣਾ ਹੈ ਸੋ ਸਾਰੀ ਸੰਗਤ ਨੇ ਤੇ ਰਾਤ ਨੂੰ ਵੀ ਸਮੇਂ ਦੇ ਨਾਲ ਪਹੁੰਚ ਜਾਣਾ
ਤੁਸੀਂ ਦਿਲੋਂ ਧੰਨਵਾਦ ਕਰਦੇ ਸਾਰੇ ਮਹਾਪੁਰਸ਼ਾਂ ਦਾ ਜਿਹੜੇ ਸਾਡੇ ਇੱਕ ਸੱਦੇ ਤੇ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਦਿਲੋਂ ਧੰਨਵਾਦ ਕੋਈ ਸ਼ਬਦ ਨਹੀਂ ਧੰਨਵਾਦ ਕਰਨ ਦੇ ਲਈ ਸੋ ਬਹੁਤ ਬਹੁਤ ਸ਼ੁਕਰੀਆ ਹੈ ਡੱਡਵਤ ਪ੍ਰਣਾਮ ਹੈ ਸਾਰਿਆਂ ਦੇ ਚਰਨਾਂ ਜਿਨ੍ਹਾਂ ਨੇ ਇੰਨੀ ਕਿਰਪਾ ਕਰੀ ਸਾਰੀਆਂ ਸੰਗਤਾਂ ਤੇ ਦਿਲੋਂ ਧੰਨਵਾਦ ਕਰਦੇ ਹਾਂ ਤੇ ਹੁਣ ਦਿਲ ਨਹੀਂ ਕਰਦਾ ਕਿਸੇ ਨੇ ਪਹਿਲੇ ਸਾਡੇ ਜਾਣਾ ਵੀ ਨਹੀਂ ਕਿਸੇ ਨੇ ਭਲੇ ਮਹਾਰਾਜ ਨੇ ਪ੍ਰਸ਼ਾਦ ਤੇ ਪ੍ਰਸ਼ਾਦਾ ਵੀ ਛਕਣਾ ਸਾਰੇ ਨੇ ਤੇ ਹੋਰ ਵੀ ਸਾਡੇ ਵੀਰੇ ਬਾਹਰ ਤੋਂ ਆਏ ਚੰਦ ਭਾਜੀ ਨੇ ਹੋਰ ਵੀ ਜਿੰਨੇ ਮੇਰੇ ਭਰਾ ਸੁਦੂਰ ਦਰਾਡੇ ਤੋਂ ਚੱਲ ਗਏ ਸਾਡੇ ਰਘਵੀਰ ਭਾਜੀ ਉਹਨਾਂ ਨਾਲ ਆਏ ਉਹਨਾਂ ਦਾ ਸਾਰਾ ਹੀ ਪਰਿਵਾਰ ਪਹੁੰਚਿਆ ਮੈਂ ਦਿਲੋਂ ਧੰਨਵਾਦ ਕਰਦਾ ਸੋ ਮਹਾਰਾਜ ਨੇ ਬੁਲਾਈ ਅੱਜ ਸਾਰੇ ਹੈ ਬਹੁਤ ਕਿਰਪਾ ਕਰੀਏ ਸੋ ਸਤਿਗੁਰਾਂ ਜੀ ਫੋਟੋ ਲੈ ਲਓ ਹਾਂਜੀ ਮਾਂ ਸਾਰੇ ਬਾਬਾ ਜੀ ਤੁਸੀਂ ਬਾਪੂ ਜੀ ਸਾਡੇ ਭਗਤ ਜੀ ਬਾਪੂ ਬਲਾਮਣ ਦੇ ਬਾਪੂ ਦਾ ਸਨਮਾਨ ਸਾਡੇ ਭਗਤ ਜੀ ਪਿਸ਼ੋਰੀ ਭਗਤ ਜੀ ਟੱਪਰੀਆਂ ਸੋ ਜਿਹਨਾਂ ਨੇ ਬਹੁਤ ਸਾਰੀ ਸੇਵਾ ਭੇਜੀ ਹੈ ਮਹਾਰਾਜ ਪਾਰ ਕਿਰਪਾ ਬਣਾਈ ਬਾਬਾ ਜੀ ਕਿਰਪਾ ਰੱਖ ਫੋਟੋ ਖਿੱਚੋ ਮਨਪ੍ਰੀਤ ਸੰਜੂ ਜਿੱਥੇ ਵੀ ਵਾਸ ਹੁੰਦਾ ਹੈ ਬਾਬਾ ਜੀ ਨੂੰ ਲੰਗਰ ਛਕਾਓ ਅੰਦਰ ਹੈਪੀ ਭਾਜੀ ਸਾਡੇ ਹੈਪੀ ਸਾਊਂਡ ਸਰਵਿਸ ਹਾਂਜੀ ਸਪਾਂਸਰ ਹੈਪੀ ਸਾਊਂਡ ਵਾਲਾ ਕਮਲਜੀਤ ਭਾਜੀ ਕਿੱਥੇ ਗਿਆ ਅੱਜ ਕਮਲਜੀਤ ਭਾਜੀ ਨੇ ਜਿਹੜੇ ਹਮੇਸ਼ਾ ਹੀ ਬਾਬਾ ਜੀ ਦੇ ਚਰਨਾਂ ਸੇਵਾ ਭੇਜਦੇ ਆ ਸਾਡੇ ਕਮਲਜੀਤ ਭਾਜੀ ਹੋਣੇ ਸਾਡਾ ਹੈਪੀ ਸਾਊਂਡ ਤੇ ਦੁਆਬਾ ਟੀਵੀ ਵਾਲੇ ਵੀ ਆ ਜਾਓ ਇੱਕ ਮਿੰਟ ਲਈ ਦੁਆਬਾ ਟੀਵੀ ਵਾਲੇ ਸਤਨਾਮ ਚਾਲ ਇਕੱਠੀ ਹੈ ਉਹ ਦੁਆਬੇ ਵਾਲੇ ਮਾਸਟਰ ਜੰਡੀ ਮਾਸਟਰ ਜੀ ਸਾਡੇ ਜੰਡੀ ਵਾਲੇ ਆਓ ਮਾੜਾ ਜਿਹਾ ਇੱਕ ਮਿੰਟ ਜਿਹਨਾਂ ਨੇ ਬਹੁਤ ਸੇਵਾ ਭੇਜੀ ਆਓ ਭਾਜੀ ਇੱਕ ਮਿੰਟ ਇਹ ਤਾਂ ਜ਼ਰੂਰੀ ਹੈ ਬਾਬਾ ਜੀ ਨੇ ਕਿਹਾ ਹੁਕਮ ਲਾਇਆ ਜਾਣਾ ਕਿੱਥੇ ਸਾਡੇ ਇੱਕ ਸੋਸ਼ਲ ਮੀਡੀਆ ਸਟਾਰ ਵੀ ਆਏ ਮੱਘਰ ਮਿੱਠੀ ਜੀ ਇੱਕ ਮਿੰਟ ਲਈ ਉਹਨਾਂ ਨੇ ਵੀ ਆਉਣਾ ਸਟੇਜ ਤੇ ਮੱਘਰ ਮਿੱਠੀ ਜੀ ਮੱਘਰ ਮਿੱਠੀ ਜੀ ਸੋਸ਼ਲ ਮੀਡੀਆ ਸਟਾਰ ਉਹਨਾਂ ਦਾ ਵੀ ਸਨਮਾਨ ਮੱਘਰ ਮਿੱਠੀ ਜੀ ਜੱਸੀ ਸੋਭੂਵਾਲ ਦੀ ਟੋਪੀਆ ਜੱਸੀ ਟੋਪੀਆ ਦੀ ਪੰਜਾਬੀ 365 ਸ਼ਾਮ ਜੀ ਬਾਬਾ ਡੀਜੇ ਲਲੋਸ਼ੀ ਵਾਲੇ ਉਹ ਵੀ ਆਣ ਇੱਕ ਮਿੰਟ ਲਈ ਬਾਬਾ ਡੀ ਜੀ ਵਾਲੇ ਸੋ ਬਹੁਤ ਧੰਨਵਾਦ ਕਰਦੇ ਐਲ ਸੀ ਡੀ ਸੇਵਾ ਕਰੀ ਇਹਨਾਂ ਨੇ ਜੱਸੀ ਥੋਪੀ ਆ ਜਾਣਾ ਮਾੜਾ ਜੱਸੀ ਥੋਪੀ ਵਾਲੇ ਆ ਜਾਓ ਕਮਲ ਭਾਜੀ ਰਕੇਸ਼ ਭਾਜੀ ਲੁਧਿਆਣੇ ਵਾਲੇ ਐਕਸੀਡੈਂਟ ਆਏ ਆ ਬਿੱਟੂ ਸਾਊਂਡ ਵਾਲੇ ਭਾਜੀ ਇੱਕ ਮਿੰਟ ਲਈ ਆਉਣਾ ਮਾੜਾ ਜਿਹਾ ਬਿੱਟੂ ਸਾਊਂਡ ਵਾਲੇ
ਆਓ ਮਾੜੇ ਬਿੱਟੂ ਸਾਹਿਬ ਵਾਲੇ ਮੇਨ ਜਿਹੜੇ ਤੁਹਾਡੇ ਆਪਰੇਟਰ ਸਾਹਿਬ ਬਿੱਟੂ ਆ ਗਿਆ ਵੀਰਾਂ ਨੂੰ ਸਾਨੂੰ ਨਿਗਾਹ ਦਿੱਤਾ ਹੀ ਆ ਜਾ ਬਿੱਟੂ ਭਾਜੀ ਸੌਣ ਸਰਵਸ ਖੰਨਾ ਆਜੋ ਸਾਡੇ ਅਸ਼ੋਕ ਦੇਜੀ ਦੀ ਆਜੋ ਭਾਈ ਆਜੋ ਮਾੜੇ ਬਿੱਟੂ ਅਸ਼ੋਕ ਦੇਜੀ ਦੀ ਹਾਂਜੀ ਮਾਡਰਨ ਟੈਂਟ ਸਾਡੇ ਭਾਜੀ ਕਮਲ ਭਾਜੀ ਸ਼ਿੰਦਰਪਾਲ ਟੇਡਿਆਂ ਸਾਹਿਬ ਸਾਡੇ ਭਾਜੀ ਉਹਨਾਂ ਦਾ ਸਨਮਾਨ ਚਿਹਨ ਅਸ਼ੋਕ ਦੇਜੀ ਸਾਹਿਬ ਨੂੰ ਦਿੱਤਾ ਹੈ ਸਾਡੇ ਸ਼ਿੰਦਰ ਜਿਨ੍ਹਾਂ ਨੇ 11,000 ਦੀ ਸੇਵਾ ਭੇਜੀ ਦਰਬਾਰ ਦੇ ਲਈ ਬਹੁਤ ਧੰਨਵਾਦ ਕਰਦੇ ਸਾਡੇ ਸ਼ਿੰਦਰਪਾਲ ਜੀ ਮਾਡਰਨ ਟੈਂਟ ਹਾਊਸ ਸਮਰਾਟ ਵਾਲੇ ਆ ਪੰਜਾਬੀ ਦੇ ਸਪੈਂਡ ਵਾਲੇ ਸ਼ਾਮ ਭਾਜੀ ਮਾਡਰਨ ਵਾਲੇ ਕਿੱਥੇ ਗਏ ਮਾਡਰਨ ਟੈਂਟ ਵਾਲੇ ਕਿੱਧਰ ਗਏ ਸਾਡੇ ਰਮੇਸ਼ ਠੇਕੇਦਾਰ ਜੀ ਸਮਰਾਲੇ ਵਾਲੇ ਜਿਹਨਾਂ ਨੇ 21,000 ਦੀ ਸੇਵਾ ਭੇਜੀ ਬਾਬਾ ਜੀ ਦੇ ਦਰਬਾਰ ਦੇ ਲਈ ਸੋ ਦਿਲੋਂ ਧੰਨਵਾਦ ਕਰਦੇ ਇਹਨਾਂ ਦਾ ਸੋ ਜਿਹੜੇ ਤੁਹਾਨੂੰ ਮਨੋਂ ਜੁੜੇ ਮਹਾਰਾਜ ਦੇ ਚਰਨਾਂ ਦੇ ਨਾਲ ਸੋ ਤੁਹਾਨੂੰ ਤੋਂ ਵੀ ਸੇਵਾ ਕਰਦੇ ਹੈ ਸੋ ਗੁਰੂ ਮਹਾਰਾਜ ਜੀ ਬਾਹਰ ਕਿਰਪਾ ਬਣਾਈ ਰੱਖਣ ਸਾਡੇ ਰਮੇਸ਼ ਠੇਕੇਦਾਰ ਜੀ ਗੁਰੂ ਮਹਾਰਾਜ ਬਾਹਰ ਇਹ ਸਾਰਾ ਦਰਬਾਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਚੱਲਦਾ ਪਿਆ ਸਮਾਧੀ ਦਾ ਕੰਮ ਚੱਲਦਾ ਪਿਆ ਅਤੇ ਜਿਹਨੇ ਵੀ ਕੋਈ ਸੇਵਾ ਵੀ ਦੇਣੀ ਹੋਵੇ ਸੋ ਸਾਡੇ ਸਰਪੰਚ ਸਾਹਿਬ ਖੜ੍ਹੇ ਸੇਵਾ ਦੇ ਦੇਣੀ ਹੈ ਰਾਜੀ ਭਾਜੀ ਉਹਨਾਂ ਨੇ ਭੇਜਣਾ ਸ਼ਾਮ ਨੂੰ ਅੱਜ ਇਹ ਡਿਊਟੀ ਲੱਗੀ ਪਈ ਨਾ ਜੀ ਲੱਗ ਲੱਗ ਮਾਲਿਆ ਟੀਵੀ ਵਾਲੇ ਜੇ ਹੈਗੇ ਇੱਥੇ ਉਹਨਾਂ ਦਾ ਵੀ ਸਨਮਾਨ ਕਰ ਦਿਓ ਆ ਬਿੱਟੂ ਭਾਜੀ ਲਲੋਸ਼ੀ ਵਾਲੇ ਜਿਹੜੇ ਮਹਾਰਾਜ ਦੇ ਚਰਨਾਂ ਦੇ ਸੇਵਾਦਾਰ ਪੰਕਜ ਕਸਾਣਾ ਜੀ ਜਿਹਨਾਂ ਨੇ 11,000 ਦੀ ਸੇਵਾ ਦਿੱਤੀ ਮਹਾਰਾਜ ਦਰਬਾਰ ਨੇ ਪੰਕਜ ਕਸਾਣਾ ਸਾਹਿਬ ਬਿੱਟੂ ਹਲਵਾਈ ਜੀ ਇਹ ਭਾਜੀ ਬਿੱਕੀ ਭਾਜੀ ਠੇਕੇਦਾਰ ਸਾਹਿਬ ਮਹਾਰਾਜ ਬਾਹਰ ਕਿਰਪਾ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਕਰਦੇ ਠੇਕੇਦਾਰ ਸਾਹਿਬ ਉਹਨਾਂ ਦਾ ਤੇ ਜਾਣਾ ਨਹੀਂ ਹੁਣ ਪਹਿਲਾਂ ਲੇਟ ਆਏ ਹੁਣ ਚਲੇ ਜਾਣਗੇ ਤੇ ਗੱਲ ਨਹੀਂ ਬਣਨੀ ਪੂਰਨੀ ਦੇਵੀ ਜੀ ਆ ਬਿੱਟੂ ਨਹੀਂ ਤੁਹਾਨੂੰ ਬਹੁਤ ਬਿੱਟੂ ਭਾਜੀ ਸਾਡੇ ਜਿਹੜੇ ਦਿਲੋਂ ਸੇਵਾ ਕਰਦੇ ਮਹਾਰਾਜ ਦੇ ਦਰਬਾਰ ਦੀ ਸਭ ਜਿੰਨਾ ਵੀ ਲੰਗਰ ਬਣਾਇਆ ਬਾਬਾ ਜੀ ਨੇ ਸੇਵਾਦਾਰ ਹੈ ਮਹਾਰਾਜ ਦੇ ਦਰਬਾਰ ਦੇ ਸੇਵਾ ਕਰਦੇ ਆ ਕੇ ਇੱਥੇ ਮਨੀਸ਼ ਕੋਹਲੀ ਜੀ ਆ ਜਾ ਮਨੀਸ਼ ਜੀ ਮਹਾਰਾਜ ਦੇ ਦਰਬਾਰ ਨਾਲ ਜੁੜੇ ਆ ਮਹਾਰਾਜ ਦੇ ਬਾਹਰ ਕਿਰਪਾ ਬਾਬਾ ਜੀ ਕਿਰਪਾ ਰੱਖਣ ਤੇ ਸ਼ਾਮ ਨੂੰ ਵੀ ਬੇਨਤੀ ਹੈ ਹੁਣ ਸਾਰੇ ਦੇ ਚਰਨਾਂ 'ਚ ਮਾਸਟਰ ਜੀ ਸ਼ਾਮ ਨੂੰ ਪਹੁੰਚਣਾ ਹੈ ਜੇ ਪਿਆਰ ਕਰਦੇ ਬਾਬਾ ਜੀ ਨੂੰ ਤਾਂ ਸਾਰੇ ਇੱਕ ਵਾਰੀ ਹੱਥ ਪਕੜ ਕੇ ਦੱਸ ਦਿਓ ਸਾਰੇ ਜੈਕਾਰਾ ਬਾਬਾ ਸ਼ੇਰਨਾਥ ਮਹਾਰਾਜ ਜੀ ਦਾ ਸ਼ਾਮ ਨੂੰ ਪਹੁੰਚਣਾ ਤਾਂ ਹੱਥ ਉੱਪਰ ਕਰੇ ਨਹੀਂ ਥੱਲੇ ਰੱਖਿਓ ਸ਼ਾਮ ਨੂੰ ਵੀ ਹਾਲ ਦੀ ਨਾਲ ਮਾਂ ਪੂਰਨੀ ਦੇਵੀ ਜੀ ਮਾਤਾ ਜੀ ਉਹਨਾਂ ਦਾ ਮਾਤਾ ਜੀ ਉਹਨਾਂ ਨੂੰ ਠੇਕੇਦਾਰ ਸਾਹਿਬ ਇੱਕ ਮਿੰਟ ਮਾਤਾ ਨੂੰ ਦੇਣਾ ਸਨਮਾਨ ਰਮੇਸ਼ ਠੇਕੇਦਾਰ ਜੀ ਸਾਡੇ ਇੱਕ ਮਿੰਟ ਮਾਤਾ ਉਹਨਾਂ ਨੂੰ ਸਨਮਾਨ ਦੇਣਾ ਮਾਤਾ ਸੋ ਉਹ ਮਾਂ ਜਿਹਨਾਂ ਦੀ ਕੁੱਖੋਂ ਧੰਨ ਧੰਨ ਬਾਬਾ ਸ਼ੇਰਨਾਥ ਮਹਾਰਾਜ ਜੀ ਨੇ ਜਨਮ ਲਿਆ ਸੋ ਤੁਹਾਨੂੰ ਮਾਡਰਨ ਟੈਂਟ ਮਾਡਰਨ ਟੈਂਟ ਵਾਲੇ ਬੰਦੇ ਨਹੀਂ ਕੋਈ ਕਿੱਥੇ ਚੱਲ ਗਏ ਸ਼ਾਮ ਲਾਲ ਜੀ ਜਿੱਥੇ ਆਵਾਜ਼ ਸੁਣਦੇ ਸਾਡੇ ਮਾਡਰਨ ਟੈਂਟ ਵਾਲੇ ਕਮਲ ਭਾਜੀ ਦੇ ਜਿਹੜੇ ਭਰਾ ਹੈ ਸ਼ਾਮ ਲਾਲ ਜੀ ਇੱਕ ਮਿੰਟ ਲਿਆਉਣਾ ਸਟੇਜ 'ਤੇ ਆ ਜਾਓ ਆ ਜਾਓ ਅਰੇ ਆਏ ਮਾਡਰਨ ਟੈਂਟ ਸ਼ਾਮ ਲਾਲ ਭਾਜੀ ਜਿਹੜੇ ਮਾਡਰਨ ਟੈਂਟ ਆਓ ਭਾਜੀ ਦਿਲੋਂ ਧੰਨਵਾਦ ਕਰਦੇ ਇਹਨਾਂ ਨੂੰ ਲਗਾਤਾਰ 6-7 ਸਾਲ ਤੋਂ ਇਹ ਟੈਂਟ ਦੀ ਸੇਵਾ ਕਰਦੇ ਬਾਬਾ ਜੀ ਦੇ ਦਰਬਾਰ ਦੀ ਮਹਾਰਾਜ ਖਜ਼ਾਨੇ ਭਰਪੂਰ ਰੱਖਣ ਅਪਾਰ ਕਿਰਪਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਮਾਲਕ ਅਪਾਰ ਕਿਰਪਾ ਬਣੀ ਰਵੇ ਦਿਲੋਂ ਧੰਨਵਾਦ ਮਾਡਰਨ ਟੈਂਟ ਸਮਰਾਲਾ ਰਕੇਸ਼ ਲੁਧਿਆਣਾ ਜੀ ਕਮਲ ਲੁਧਿਆਣਾ ਜੀ ਜਿਸ ਕਿਤੇ ਉਹਨਾਂ ਦਾ ਪਰਿਵਾਰ ਆਵਾਜ਼ ਸੁਣਦਾ ਬਣ ਗਿਆ ਆ ਜਾਣਾ ਇੱਕ ਮਿੰਟ ਆ ਗਿਆ ਸੀ ਆ ਗਿਆ ਮੁੰਡਾ ਆ ਗਿਆ ਬਹੁਤ ਧੰਨਵਾਦ ਹੈ ਬਹੁਤ ਸੇਵਾ ਭੇਜਦੇ ਹੈ ਹਰ ਵਾਰੀ ਮਹਾਰਾਜ ਦੇ ਦਰਬਾਰ ਦੇ ਲਈ ਸੋ ਦਿਲੋਂ ਧੰਨਵਾਦ ਕਰਦੇ ਹਾਂ
ਆਪੈਣਾ ਸੁਮਨ ਆ ਜਾਓ ਤੁਸੀਂ ਅਬਿੰਦਰ ਚੇਚੀ ਸਾਡੇ ਸਾਡੇ ਬਿੰਦਰ ਚੇਚੀ ਜੀ ਜਿੱਥੇ ਮਾਤਾ ਬਿੰਦਰ ਚੇਚੀ ਆ ਜਾਓ ਬਿੰਦਰ ਆਓ ਮੜ ਜਾ ਬਿੰਦਰ ਚੇਚੀ ਜੀ ਕਿੱਥੇ ਬਾਸ ਹੁੰਦੇ ਹੁਣ ਆਣ ਇੱਕ ਮਿੰਟ ਲਈ ਆ ਜਾਓ ਭੈਣਾ ਆ ਜਾਓ ਆ ਗੁੜੀਆ ਆ ਜਾ ਤੂੰ ਵੀ ਆ ਜਾ ਤੈਨੂੰ ਕੁਛ ਨਹੀਂ ਹੁੰਦਾ ਆ ਜਾ ਨਾਲ ਫੋਟੋ ਕਰਾ ਆ ਜਾਓ ਆ ਜਾ ਤਨ ਮਾਂ ਪੂਰਨੀ ਦੇਵੀ ਅੱਖੇ ਚ ਦੇਖੋ ਬਿੰਦਰ ਚੇਚੀ ਜੀ ਜਸਵਿੰਦਰ ਜੀ ਤੁਸੀਂ ਵੀ ਆਓ ਮਾੜਾ ਜਿਹਾ ਆ ਜਾਓ ਜਸਵਿੰਦਰ ਥੋਪੀਆ ਜੀ ਉਹਨਾਂ ਨੇ ਬਹੁਤ ਸਾਰੀ ਸੇਵਾ ਭੇਜੀ ਮਹਾਰਾਜ ਦਰਬਾਰ ਨੇ ਮਿੰਟੂ ਭਾਜੀ ਆ ਬਿੰਦਰ ਭਾਜੀ ਆਓ ਇੱਕ ਮਿੰਟ ਲਈ ਬਿੰਦਰ ਭਾਜੀ ਜਿਹੜੇ ਦਿਲੋਂ ਜੁੜੇ ਹੋਏ ਬਾਬਾ ਜੀ ਦੇ ਚਰਨਾਂ 'ਚ ਉਹਨਾਂ ਦਾ ਸਨਮਾਨ ਜਿਹਨਾਂ ਨੇ ਬਹੁਤ ਸਾਰੀ ਸੇਵਾ ਭੇਜੀ ਸਾਡੇ ਬਿੰਦਰ ਭਾਜੀ ਬਿੰਦਰ ਚੇਚੀ FCI ਬਾਬਾ ਜੀ ਹੁਣ ਨਾ ਮੈਨੇਜਰ ਬਣਾਉਣ FCI ਦਾ ਕਿਰਪਾ ਕਰ ਦੇਣ ਸਾਡੇ ਬਿੰਦਰ ਚੇਚੀ ਜੀ ਮਿੰਟੂ ਜੀ ਸਮਾਣੇ ਵਾਲੇ ਆ ਬਿੰਦਰ ਚੇਚੀ ਭਾਜੀ ਆਓ ਬਿੰਦਰ ਚੇਚੀ ਸਾਹਿਬ ਦਾ ਸਨਮਾਨ ਆਓ ਜੀ ਮਾਂ ਪੂਰਨੀ ਦੇਵੀ ਜੀ ਜਿਹੜੇ ਸਨਮਾਨ ਜੀ ਦੇਣਗੇ ਸੋ ਬਿੰਦਰ ਚੇਚੀ ਜੀ ਦਿਲੋਂ ਧੰਨਵਾਦ ਇਹ ਮਾਰ ਇਹ ਤਾਂ ਸੇਵਾਦਾਰ ਹੈ ਸਾਡੇ ਮਹਾਰਾਜ ਦੇ ਜਿਹੜੇ ਦਿਲੋਂ ਸੇਵਾ ਕਰਦੇ ਹਰ ਵੇਲੇ ਗੁਰੂ ਚਰਨਾਂ 'ਚ ਫੋਟੋ ਲੈ ਲਓ ਬਿੰਦਰ ਚੇਚੀ ਜੀ ਆ ਮਿੰਟੂ ਭਾਜੀ ਮਿੰਟੂ ਭਾਜੀ ਸਮਾਣੇ ਵਾਲੇ ਜਿਹੜੇ ਬਾਬਾ ਜੀ ਦੇ ਚਰਨਾਂ ਦੇ ਸੇਵਾਦਾਰ ਸਾਡੇ ਬਾਬਾ ਬਾਲਕਨਾਥ ਮਹਾਰਾਜ ਜੀ ਤਾਂਬ ਲਲੋਸ਼ੀ ਬਾਬਾ ਜੀ ਬਾਬਾ ਬਾਲਕਨਾਥ ਮਹਾਰਾਜ ਜੀ ਤਾਂਬ ਲਲੋਸ਼ੀ ਸੇਵਾਦਾਰ ਮਹਾਰਾਜ ਦੇ ਚਰਨਾਂ ਦੇ ਸਾਡੇ ਚਾਚਾ ਜੀ ਲਾਲ ਚੰਦ ਜੀ
ਹੈਪੀ ਸਾਊਂਡ ਵਾਲਿਆ ਬਹੁਤ ਵਧੀਆ ਸਾਊਂਡ ਸਾਡੀ ਹੈਪੀ ਬਾਜੀ ਜਿਹੜਾ ਧੰਨਵਾਦ ਕਰਦਾ